ਆਪਾਂ ਪੂਰਾ ਸੁਪਨਾ ਪੂਰਾ ਕੀਤਾ ਆਪਾਂ। ਠੀਕ ਹੈ ਉਹਦੇ ਇੱਕ ਖੁਆਇਸ਼ ਸੀਗੀ ਕੋਠੀ ਜੀ। ਪਾਉਣ ਦੀ। ਕਿੰਨੇ ਹਜ਼ਾਰ ਸਕੁਅਰ ਫੁੱਟ ਏਰੀਆ, ਮਤਲਬ ਮੈਨੂੰ ਲੱਗਦਾ ਮੇਰੀਆਂ ਵੀਡੀਓ ਦੇ ਵਿੱਚ ਸਭ ਤੋਂ ਜ਼ਿਆਦਾ ਏਰੀਆ ਇਹਦਾ ਹੋਰ। ਹਾਂਜੀ ਭਾਈ ਆਪਣੇ 19,000 ਤੋਂ ਪਲੱਸ ਹੀ ਆ ਇਹਦੇ। ਦੱਸਦੇ ਸੀਗੇ ਵੀ ਸਾਰਾ ਮੋਬਾਈਲ 'ਤੇ ਕੰਟਰੋਲ ਹੁੰਦਾ ਹੈ, ਅਤੇ ਖਾਸ ਕਰਕੇ ਐਨ ਆਰ ਆਈ ਵੀਰਾਂ ਲਈ ਤਾਂ ਇੱਕ ਬਹੁਤ ਚੰਗੀ ਚੀਜ਼ ਆ, ਮਤਲਬ ਜੇ ਸੈਂਸਰ ਬੇਸ ਆਪਾਂ ਕੰਮ ਕਰ ਲਈ। ਹਾਂਜੀ ਸੈਂਸਰ ਸਾਰਾ ਆਟੋਮੇਸ਼ਨ ਆ, ਆਪਾਂ ਬਾਹਰ ਚੱਲ ਜਾਈਏ ਆਉਂਦੇ ਰਾਹ ਏ ਸੀ ਚਲਾਉਣਾ, ਲਾਈਟ ਜਗਾਉਣੀ, ਕੁਛ ਵੀ ਕਰਨਾ। ਸਾਡੇ ਇਹ ਸੀਗਾ ਜਦੋਂ ਆਪਾਂ ਉੱਪਰੋਂ ਆਈਏ ਜਾਣਾ ਆ ਤਾਂ ਮਹਾਰਾਜ ਦੇ ਮੱਥੇ ਲੱਗੇ। ਅੱਛਾ, ਇੱਧਰ ਪੌੜੀਆਂ ਦੇ ਹਿਸਾਬ ਨਾਲ ਸਿਸਟਮ ਉਹ ਰੱਖਿਆ। ਹਾਂਜੀ ਕੀ ਬਾਤ ਹੈ ਜੀ। ਹਾਂਜੀ JW ਮੈਰਿਜ ਚੰਡੀਗੜ੍ਹ। ਠੀਕ ਹੈ ਜੀ। ਉੱਥੇ ਉੱਪਰ ਪੂਲ ਬਣਿਆ ਸੀਗਾ ਟੌਪ ਤੇ। ਠੀਕ ਹੈ ਜੀ। ਤੇ ਮੇਰੀ ਉਦੋਂ ਦੀ ਗ੍ਰੈਜੂਏਟ ਹੀ, ਮੈਂ ਉੱਪਰੀ ਪੂਲ ਬਣਾਉਣਾ ਆਪਾਂ ਜੀ। ਆਪਾਂ ਮੈਂ ਬਾਹਰੋਂ ਲੈ ਕੇ ਆਇਆ ਸੀ, ਇਹ ਨਵੀਂ ਟੈਕਨੋਲੋਜੀ ਆਈ ਹੈ ਲੇਟੈਸਟ, ਹਲੇ ਇੱਧਰ ਇੰਡੀਆ 'ਚ ਮੈਨੂੰ ਲੱਗਦਾ ਨਹੀਂ ਲਾਂਚ ਹੋਈ ਹਾਲੇ, ਆਪਾਂ ਉੱਧਰ ਵੀ ਬਹੁਤ ਘੱਟ ਯੂਜ਼ ਕਰਦੇ ਇਹਨੂੰ। ਆਪਾਂ ਖਾਂਦੇ ਪੀਂਦੇ ਹਾਂ, ਹੱਥ ਆਪਣੇ ਲਿਬੜੇ ਹੁੰਦੇ, ਟੂਟੀ ਨਹੀਂ ਚਲਾਉਣੀ, ਇਹ ਸੈਂਸਰ ਟਾਈਪ ਆ। ਇਹ ਆਪਣੇ ਹੈਗੇ ਆ POP ਤੇ ਇਹਦੇ ਉੱਪਰ ਵਾਲਪੇਪਰ ਲਾਇਆ। ਮੈਂ 12 ਸਾਲਾਂ ਬਾਅਦ ਖੁਦ ਆਇਆ, ਮੁੜ ਕੇ ਐਸਾ ਆਇਆ, ਮੁੜ ਕੇ ਸਾਲ ਸਾਲ ਬਾਅਦ ਆਉਂਦਾ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਲਈ ਨਾ ਅਮਰੀਕਾ ਵਾਲੇ ਭਰਾ ਦਾ ਸੰਧੂ ਵਿਲਾ ਲੈ ਕੇ ਆਏ ਹਾਂ, ਜਿਹੜਾ ਕਿ ਸਰਦਾਰ ਮੰਗਲ ਸਿੰਘ ਸੰਧੂ ਹੋਰਾਂ ਦੀ ਸੋਚ ਦੇ ਬੇਸ 'ਤੇ ਬਾਈ ਨੇ ਬਣਾਇਆ ਹੈਗਾ। ਅਤੇ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਵੀ ਆਟੋਮੇਸ਼ਨ ਹੈਗੀ ਉਹ ਬਾਈ ਹੋਰਾਂ ਨੇ ਯੂਜ਼ ਕੀਤੀ ਹੈਗੀ, ਜਿਵੇਂ ਕਿ ਆਪਾਂ ਹੁਣ ਗੇਟ ਤੋਂ ਹੀ ਗੱਲ ਕਰਾਂਗੇ। ਆਹ ਲਓ ਜੀ, ਹੁਣ ਆਪਾਂ ਖੋਲ੍ਹਤਾ ਮੋਬਾਈਲ ਤੋਂ ਗੇਟ ਖੁੱਲ੍ਹਦਾ ਗਾ, ਇੱਕ ਆਪਾਂ ਪਹਿਲਾਂ ਦੇਖਿਆ ਰਿਮੋਟ ਤੋਂ ਖੁੱਲ੍ਹਦਾ ਗਾ, ਪਰ ਮੋਬਾਈਲ ਤੋਂ ਖੁੱਲ੍ਹਦਾ ਗਾ। ਅਤੇ ਕੋਠੀ ਦਾ ਜਿੰਨਾ ਬਾਹਰੋਂ ਤੁਸੀਂ ਡਰੋਨ ਸ਼ੂਟ ਦੇਖ ਰਹੇ ਹੋ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਜ਼ਿਆਦਾ ਸੋਹਣੀ ਬਣੀ ਹੋਈ ਆ, ਅਤੇ ਆ ਜਾਓ ਆਪਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਨਾ ਆਪਣਾ ਨਾਮ ਅਤੇ ਪਿੰਡ ਦਾ ਨਾਮ ਜ਼ਰੂਰ ਦੱਸੀ, ਆਪਾਂ ਖੜੇ ਕਿੱਥੇ? ਭਾਈ ਮੇਰਾ ਨਾਮ ਹੈਗਾ ਕੁਲਦੀਪ ਸਿੰਘ ਸੰਧੂ ਜੀ, ਅਤੇ ਪਿੰਡ ਹੈਗਾ ਮੁੱਦਾ ਜੀ। ਮੁੱਦਾ ਘੀਰਾਂ ਕਹਿ ਦਿੰਦੇ, ਉਦੋਂ ਜ਼ਿਆਦਾ ਪਤਾ ਲੱਗਦਾ ਆ, ਪਰ ਮੁੱਦਾ ਪਿੰਡ ਆਪਣਾ। ਠੀਕ ਹੈ ਜੀ। ਜਲੰਧਰ ਦੇ ਡਿਸਟ੍ਰਿਕਟ ਜੀ, ਤਹਿਸੀਲ ਨਕੋਦ ਜੀ। ਬਾਈ ਸੰਧੂ ਵਿਲਾ ਅਤੇ ਗੇਟ 'ਤੇ ਮਤਲਬ ਫਾਦਰ ਸਾਹਿਬ ਦਾ ਨਾਮ ਲਿਖਿਆ। ਹਾਂਜੀ, ਉਹਦੇ ਇੱਕ ਖੁਆਇਸ਼ ਸੀਗੀ ਕੋਠੀ ਪਾਉਣ ਦੀ। ਠੀਕ ਹੈ ਜੀ। ਪੂਰਾ ਸੁਪਨਾ ਪੂਰਾ ਕੀਤਾ ਆਪਾਂ। ਠੀਕ ਹੈ ਜੀ। ਹਾਂਜੀ, ਮਤਲਬ ਜੇ ਕਹਿ ਦਈਏ ਹੈ ਨਾ, ਇੱਕ ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰੀ, ਤੁਸੀਂ ਬਹੁਤ ਟਾਈਮ ਤੋਂ ਬਾਹਰ ਰਹਿ ਰਹੇ ਹੋ ਬਿਲਕੁਲ ਅਮਰੀਕਾ। ਹਾਂਜੀ, ਪਰ ਤੁਸੀਂ ਜੜਾਂ ਨਹੀਂ ਭੁੱਲੇ। ਨਹੀਂ ਭੁੱਲੇ ਜੀ, ਮੈਨੂੰ ਹੁਣ ਬਹੁਤ ਜ਼ਿਆਦਾ ਪਿਆਰ ਹੋ ਗਿਆ ਇੱਥੇ ਦਾ, ਮਿੱਟੀਆਂ ਜੁੜਨਾ ਚਾਹੁੰਦਾ ਮੈਂ। ਠੀਕ ਹੈ। ਬੱਚੇ ਨੂੰ ਲਿਆਊਂਗਾ, ਇੱਕ ਪੀੜ੍ਹੀ ਵੀ ਆਪਾਂ ਬਚਾ ਲਈਏ, ਮੁੜ ਕੇ ਬਾਅਦ 'ਚ ਬੱਚੇ ਜੋ ਕਰਨ ਉਹਨਾਂ ਨੂੰ ਆਪਾਂ ਇੱਕ ਜੋੜ ਦਈਏ। ਇੱਕ ਟਾਈਮ ਇਹੋ ਜਿਹਾ ਵੀ ਸੀ ਵੀ ਬਾਈ ਤੁਸੀਂ ਸੋਚਦੇ ਸੀਗੇ ਵੀ ਅਮਰੀਕੀ ਰਹਿਣਾ ਯਾਰ ਇੰਡੀਆ ਜਾਣੀ ਨਹੀਂ? ਨਹੀਂ ਜਾਣਾ ਨਹੀਂ, ਮੈਂ 12 ਸਾਲਾਂ ਬਾਅਦ ਖੁਦ ਆਇਆ, ਮੁੜ ਕੇ ਐਸਾ ਆਇਆ, ਮੁੜ ਕੇ ਸਾਲ ਸਾਲ ਬਾਅਦ ਆਉਂਦਾ ਰਿਹਾ ਜਾਣ ਨੂੰ ਜੀ। ਹਾਂ, ਹੁਣ ਮੇਰਾ ਬੇਟਾ ਆ ਉਹ ਜੁੜੀ ਜਾਂਦਾ, ਉਹ 11 ਸਾਲ ਦਾ ਆ, ਉਹ ਮਿਲਾ ਮੈਂ 5-6 ਸਾਲ ਲਈ ਆਉਂਦਾ, ਉਹਨੇ ਪੱਕਾ ਇਹਨੂੰ ਜੁੜ ਜਾਣਾ। ਉਹਨੂੰ ਉਹਨੂੰ ਸ਼ੌਂਕ ਆ ਗਦਮ ਟਰੈਕਟਰ ਚਲਾਉਣ ਦਾ, ਮੋਟਰਸਾਈਕਲ ਚਲਾਉਣ ਦਾ, ਇੱਦਾਂ ਉਹਨੂੰ ਐਕਟ ਵਾਲੇ ਇੱਕ ਦਿਨ ਅਗਲੇ ਸਾਲ ਨੂੰ ਫੇਰ ਕਹਿੰਦਾ ਮੈਂ ਆਉਣਾ ਫੇਰ, ਉਹ ਇੱਦਾਂ ਦੇ ਉਹਨੂੰ ਪੈਦਾ ਕਰੀ ਜਾਂਦੇ ਵੀ ਉਹਨੂੰ ਵੀ ਆਉਣ ਦਾ ਮੌਕਾ ਮਿਲੀ ਜਾਵੇ। ਬਿਲਕੁਲ ਜੀ, ਮੇਰੇ ਵੱਲੋਂ ਬਾਈ, ਮੇਰੇ ਦਰਸ਼ਕਾਂ ਵੱਲੋਂ ਪਹਿਲਾਂ ਤਾਂ ਨਾ ਤੁਹਾਡਾ ਵੈਲਕਮ ਆ ਵੀ ਤੁਸੀਂ ਪੰਜਾਬ 'ਚ ਦੁਬਾਰੇ ਵਾਪਸੀ ਕਰ ਲਈ, ਅਤੇ ਹੋਰ ਤੁਹਾਡੇ ਵਰਗੇ ਮਿੱਤਰ ਜ਼ਰੂਰ ਵਾਪਸੀ ਕਰਨ, ਕਿਉਂਕਿ ਇੱਥੇ ਲੱਖਾਂ ਭਰਾਵਾਂ ਨੂੰ ਰੁਜ਼ਗਾਰ ਮਿਲਣਾ, ਕਿਉਂਕਿ ਜੋ ਘਰ ਤੁਸੀਂ ਬਣਾਉਣੇ ਹੋ, ਮੈਨੂੰ ਕਈ ਵਾਰ ਮਿੱਤਰ ਕਹਿੰਦਾ ਇਹਨਾਂ ਨੇ ਮਹਿੰਗੇ ਦਿਖਾਉਣਾ, ਮਹਿੰਗੇ ਨਹੀਂ ਮੈਂ ਦਿਖਾਉਂਦਾ, ਮੈਂ ਦਿਖਾਉਣਾ ਸੁਪਨਿਆਂ ਦੇ ਘਰ, ਵੀ ਜੋ ਤੁਸੀਂ ਆਪਦਾ ਸੁਪਨਿਆਂ ਦੇ ਘਰ ਬਣਾਉਣੇ ਹੋ ਨਾ, ਇਹਦੇ ਨਾਲ ਲੱਖਾਂ ਮੁੰਡਿਆਂ ਨੂੰ ਰੁਜ਼ਗਾਰ ਮਿਲਣਾ, ਲੱਖਾਂ ਦੁਕਾਨਾਂ ਵਾਲਾ ਕੰਮ ਚੱਲਣਾ, ਸਾਰਾ ਕੁਝ ਜੇ ਕਹਿ ਦਈਏ ਪੰਜਾਬ ਦੀ ਇਕਨੋਮੀ ਤੁਹਾਡੇ ਤੇ ਚੱਲਣੀ। ਬਿਲਕੁਲ ਜੀ, ਇਹੀ ਮੇਰੀ ਟਰਾਈ ਆ ਵੀ ਸਾਰੇ ਆਪਾਂ ਚੱਲ ਜੰਨੇ ਆਪਾਂ ਉਹ ਅਡਾਪਟ ਕਰ ਲੈਨੇ ਆ ਸ਼ਹਿਰ ਨੂੰ, ਕੰਟਰੀ ਨੂੰ। ਬਿਲਕੁਲ, ਵੀ ਇਦਾਂ ਨਹੀਂ ਹੈਗਾ ਜਾਂ ਆਪਾਂ ਜੀ ਛੱਡ ਕੇ ਜਾਓ, ਪੈਸਾ ਕਮਾਓ, ਇੱਥੇ ਇਨਵੈਸਟ ਕਰੋ ਆਣ ਕੇ। ਬਿਲਕੁਲ, ਵੀ ਆਣ ਕੇ ਕੋਠੀ ਪਾਓ, ਤੁਸੀਂ ਆਓਗੇ ਤੁਹਾਡਾ ਆਪਣਾ ਮਨ, ਇੰਨਾ ਮਹਿੰਗੀ ਕੋਠੀ ਪਾ ਕੇ ਟਰੈਕਟਰ ਲਓ ਇੱਥੇ, ਤੁਹਾਡਾ ਆ ਵੀ ਮਨ ਕਰੂਗਾ ਇੱਥੇ ਆਉਣ ਦਾ। ਲੋਕੀ ਯਾਰ ਮੈਨੂੰ ਇਹ ਚੀਜ਼ ਤੇ ਮਾੜੀ ਲੱਗਦੀ, ਜਿਹੜਾ ਵੇਚ ਵੇਚ ਕੇ ਜਿਹੜਾ ਜਾ ਰਹੇ ਆ ਨਾ, ਆਉਣ ਵਾਲੇ ਟਾਈਮ 'ਚ ਉਹਨਾਂ ਲਈ ਬੜਾ ਮੈਨੂੰ ਲੱਗਦਾ ਦੁੱਖ ਹੁੰਦਾ, ਦੁੱਖ ਹੁੰਦਾ ਹੈ ਨਾ ਜੀ। ਬਾਈ ਹੋਰਾਂ ਦਾ ਨਾਂ ਇੱਕ ਵਾਰ ਇੰਟਰੋ ਕਰਾ ਦਿਓ। ਇਹ ਬਾਈ ਆਪਣਾ ਭਰਾ ਸਕਰਾਜ ਸਿੰਘ ਸੰਘੇੜਾ। ਠੀਕ ਹੈ। ਇਹਨੇ ਮੇਰੀ
ਜਿੱਦਣ ਆਪਾਂ ਸ਼ੁਰੂ ਕੀਤਾ ਕੰਮ ਉਦੋਂ ਲੱਗ ਅੱਜ ਤੱਕ ਇਹਨੇ ਮੇਰਾ ਪੂਰਾ ਸਾਥ ਦਿੱਤਾ। ਠੀਕ ਹੈ ਜੀ, ਬਹੁਤ ਜ਼ਿਆਦਾ। ਮਤਲਬ ਜੇ ਕਹਿ ਦਈਏ ਇਹ ਸੁਪਨਾ ਤੁਹਾਡਾ ਹੀ ਪੂਰਾ ਕਰਨ ਦੇ ਵਿੱਚ ਬਾਈ ਦਾ ਸਹਿਯੋਗ। ਮੈਂ ਆ ਜਾਊਂਗਾ, 1 ਮਹੀਨੇ ਲਈ ਆ ਜਾਊਂਗਾ, ਦੋਵਾਂ ਲਈ ਆ ਜਾਊਂਗਾ, ਪਰ ਇਹਨੇ ਮੰਨ ਲਓ 24 ਘੰਟੇ ਦੇ ਵਿੱਚੋਂ ਮੰਨ ਲਓ 18 ਘੰਟੇ ਇਹਨੇ ਮੈਨੂੰ ਦਿੱਤਾ ਟਾਈਮ ਇੱਥੇ। ਕੀ ਬਾਤ ਹੈ ਜੀ, ਅਤੇ ਬਾਈ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਆ ਜਾਓ ਬਈ, ਹੁਣ ਆਪਾਂ ਚੱਲਦੇ ਹਾਂ ਅੰਦਰ। ਜਾਣ ਤੋਂ ਪਹਿਲਾਂ ਇੱਕ ਤਾਂ ਮੈਂ ਆਟੋਮੇਸ਼ਨ ਦੇਖਿਆ, ਹਾਂਜੀ, ਵੀ ਲਾਈਟਾਂ ਵੀ ਮੋਬਾਈਲ ਤੋਂ ਚੱਲਦੀਆਂ, ਗੇਟ ਵੀ ਆਪਾਂ ਹਾਂਜੀ ਜਗਾ ਕੇ ਦਿਖਾ ਦਿੰਦੇ ਆਪਾਂ ਹੁਣੀ। ਠੀਕ ਹੈ ਜੀ, ਜਗਾ ਦਈਏ ਬਾ, ਕੋਈ ਗੱਲ ਨਹੀਂ, ਉਹ ਆਪਾਂ ਸ਼ਾਰਟ ਲਾ ਦਾਂਗੇ। ਨਹੀਂ ਹੁੰਦਾ ਵੈਸੇ, ਸਾਰਾ ਕੁਝ ਸੈਂਸਰ ਬੇਸ ਕੀਤਾ ਹੋਇਆ, ਸੈਂਸ ਸਾਰਾ ਆਟੋਮੇਸ਼ਨ ਆ। ਆਪਾਂ ਬਾਹਰ ਚੱਲ ਜਾਈਏ, ਆਉਂਦੇ ਰਾਹ ਦੇ ਏਸੀ ਚਲਾਉਣਾ, ਲਾਈਟ ਜਗਾਉਣੀ, ਕੁਝ ਵੀ ਕਰਨਾ, ਆਟੋਮੇਸ਼ਨ ਆਟੋਮੇਸ਼ਨ ਬਾਈ। ਕਿੰਨੇ ਹਜ਼ਾਰ ਸਕੁਅਰ ਫੁੱਟ ਏਰੀਆ, ਮਤਲਬ ਮੈਨੂੰ ਲੱਗਦਾ ਮੇਰੀਆਂ ਵੀਡੀਓ ਦੇ ਵਿੱਚ ਸਭ ਤੋਂ ਜ਼ਿਆਦਾ ਏਰੀਆ ਇਹਦਾ ਹੋਰ। ਹਾਂਜੀ ਬਾਈ, ਆਪਣੇ 19,000 ਤੋਂ ਪਲੱਸ ਹੀ ਆ ਇਹਦੇ। 19,000 ਪਲੱਸ, ਹਾਂਜੀ, ਠੀਕ ਹੈ ਜੀ। ਬਾਹਰ ਸਾਰਾ ਬਈ ਐਲੀਵੇਸ਼ਨ ਤੇ ਆਪਾਂ ਟਾਇਲ ਦਾ ਕੰਮ ਕੀਤਾ ਹੋਇਆ? ਬਿਲਕੁਲ ਸਾਰੇ ਜੀ, ਹਾਂਜੀ। ਆਪਾਂ ਇਦਾਂ ਹੁੰਦਾ ਵੀ ਸਾਲ ਬਾਅਦ ਤੁਹਾਨੂੰ ਫਿਰ ਮੇਨਟੇਨੈਂਸ ਕਰਨੀ ਪੈਂਦੀ ਆ, ਆਪਾਂ ਉਹਨਾਂ ਦਾ ਹੁੰਦਾ ਮਹੀਨੇ ਛੁੱਟੀ ਲਈ ਆ ਕੇ ਫਿਰ ਪੇਂਟ ਕਰਾਓ, ਅਗਰ ਉਹ ਤੁਹਾਡੇ 2 ਪਿੱਕਾਂ ਜਾਂਦੀਆਂ ਲੱਗਦੀਆਂ। ਠੀਕ ਹੈ ਜੀ, ਇਦੋਂ ਇਹ ਆ ਵੀ ਤੁਹਾਨੂੰ ਕੋਈ ਆਉਂਦੇ ਆਪਾਂ ਆਣ ਕੇ ਬਹਿ ਜਾਂਗੇ, ਕੋਈ ਪੇਂਟ ਦੀ ਕੋਈ ਕੁਛ ਦੀ, ਸਾਰਾ ਐਲੀਵੇਸ਼ਨ ਦੇ ਟਾਇਲ ਲਾਤੀ। ਠੀਕ ਹੈ, ਇਹ ਇੱਕ ਪਲੱਸ ਪੁਆਇੰਟ ਹੈ ਜੀ। ਲਓ ਵੀ ਮਿੱਤਰੋ, ਆ ਜਾਓ ਜੁੜ ਜਾਓ ਬਾਈ ਸੁਖਰਾਜ। ਤੁਹਾਨੂੰ ਇੱਕ ਬੇਨਤੀ ਆ, ਵਾ ਲਾਈਟ ਨਾ ਬੁਝਣ ਦਿਓ ਹੁਣ, ਠੀਕ ਹੈ ਜੀ। ਤੇ ਆ ਜਾਓ ਵੀ ਦੋਸਤੋ, ਪਹਿਲਾਂ ਗੇਟ ਤੋਂ ਸ਼ੁਰੂ ਕਰ ਲਈਏ। ਲੱਕੜ ਸਾਰਾ ਸਾਗਵਾਨ ਦਾ ਕੰਮ ਹੋਇਆ, ਸਾਗਵਾਨ ਦਾ ਜੀ। ਤੇ ਤੁਸੀਂ ਦੇਖੋ ਜੀ, ਹੈਂਡਲ ਵਗੈਰਾ ਦੇਖੋ, ਇੱਕ ਇੱਕ ਚੀਜ਼ ਤੁਸੀਂ ਦੇਖੋ, ਅੰਟੀਕ ਦੇ ਵਿੱਚ ਬਾਈ ਨੇ ਕਰਾਈ ਹੈ। ਬਿਲਕੁਲ ਜੀ, ਤੇ ਬੜਾ ਬਾਈ ਟਾਈਮ ਕੱਢ ਕੇ ਅਸੀਂ ਜਾਂਦੇ ਸੀ ਇਕੱਲੀ ਇਕੱਲੀ ਚੀਜ਼ ਲੈਣ ਲਈ, ਬੜਾ ਇਹ ਟਾਈਮ ਚਾਹੀਦਾ ਬਾਈ ਚੀਜ਼ ਲੈਣ ਲਈ। ਇੱਦਾਂ ਨਹੀਂ ਹੈਗਾ ਇੱਕ ਦੁਕਾਨ ਚੱਲੇ ਲੈ ਲਿਆ, ਠੀਕ ਹੈ, ਕੋਈ ਚੀਜ਼ ਛੋਟੀ ਮਿਲਣੀ, ਕੋਈ ਵੱਡੀ ਮਿਲਣੀ, ਫਿਰ ਸੋਹਣੀ ਲੱਗਣੀ ਉਹ ਫਿਰ ਛੋਟੀ ਹੋਣੀ। ਠੀਕ ਹੈ ਤੇ ਜੀ, ਆ ਜਾਓ ਬਾਈ ਫਿਰ ਅੰਦਰ ਚੱਲਦੇ ਹਾਂ। ਲਓ ਵੀ ਦੋਸਤੋ, ਸੁਪਨਿਆਂ ਦਾ ਜਿਹੜਾ ਮਹਿਲ ਆ ਨਾ, ਮਤਲਬ ਬਾਹਰਲੇ ਸ਼ੋਟ ਜ਼ਿਆਦਾ ਲਾਵਾਂਗੇ ਕਿਉਂਕਿ ਗਰਮੀ ਬੜੀ ਜ਼ਿਆਦਾ ਗੀ, ਪਰ ਅਸੀਂ ਕੋਸ਼ਿਸ਼ ਪੂਰੀ ਕੀਤੀ ਆ ਬਾਹਰੋਂ ਸਾਰਾ ਦਿਖਾਉਣ ਦਾ। 19,000 ਸਕੁਅਰ ਫੁੱਟ ਏਰੀਆ ਹੈਗਾ। ਹੁਣ 19,000 ਸਕੁਅਰ ਫੁੱਟ ਦੇ ਵਿੱਚ ਜੇ ਤੁਸੀਂ ਘਰ ਬਣਾਉਣਾ, ਹੁਣ ਵੀਡੀਓ ਨੂੰ ਇੱਕ ਤਾਂ ਸ਼ੇਅਰ ਕਰੀ ਚੱਲਿਓ, ਕਿਉਂਕਿ ਜਿਹੜੇ ਮਿੱਤਰਾਂ ਨੇ ਇਸ ਹਿਸਾਬ ਨਾਲ ਘਰ ਬਣਾਉਣਾ, ਉਹਨਾਂ ਨੂੰ ਨੌਲੇਜ ਬਹੁਤ ਮਿਲੂਗੀ। ਬਿਲਕੁਲ, ਸਭ ਤੋਂ ਪਹਿਲਾਂ ਬਈ ਜੇ ਹੁਣ ਮੰਨ ਲਓ ਮੈਂ ਆਇਆ ਤਾਂ ਰਿਸ਼ਤੇਦਾਰਾਂ ਲਈ ਆਪਾਂ ਡਰਾਇੰਗ ਰੂਮ, ਜੀ ਇਹ ਆ ਗਿਆ ਜੀ ਡਰਾਇੰਗ ਰੂਮ। ਤੇ ਸੋਫੇ ਵਗੈਰਾ ਵੀ ਮੈਂ ਦੇਖਿਆ ਬਹੁਤ ਸਿੰਪਲ ਤੇ ਸੁਪਰ ਰੱਖੇ ਕਲਰ, ਹਾਂਜੀ, ਇਹਦਾ ਅੱਖਾਂ ਨੂੰ ਜੰਮਦਾ, ਇਹ ਬਹੁਤ ਵਧੀਆ, ਜਿੱਦਾਂ ਫੋਰਐਵਰ ਕਲਰ ਹੈ। ਠੀਕ ਹੈ ਜੀ, ਹਾਂਜੀ। ਤੇ ਬੈਕ ਸਾਈਡ ਤੇ ਵੀ ਸਾਰਾ ਵਾਲਪੇਪਰ ਦਾ, ਵਾਲਪੇਪਰ ਲਾਇਆ ਜੀ, ਹਾਂਜੀ, ਠੀਕ ਹੈ ਜੀ। ਉੱਪਰ ਤੁਸੀਂ ਦੋਸਤੋ ਦੇਖ ਸਕਦੇ ਹੋ, ਪੱਖੇ ਵੀ ਐਂਟੀਕ ਦੇ ਵਿੱਚ ਨੇ ਤੇ ਝੂਮਰ ਵਗੈਰਾ ਲੱਗੇ ਨੇ, ਪੂਰਾ ਜੇ ਕਹਿ ਦਈਏ ਮਤਲਬ ਸਿਰੇ ਵਾਲਾ ਗੱਲਬਾਤ ਆ। ਤੇ ਭਾਈ ਜਿਵੇਂ ਹੁਣ ਬਾਈ ਨੇ ਸਾਥ ਦਿੱਤਾ, ਹਾਂਜੀ, ਘਰ ਬਣਾਉਣ ਦੇ ਵਿੱਚ, ਬਿਲਕੁਲ ਜੀ, ਕਈ ਚੀਜ਼ਾਂ ਹੁੰਦੀਆਂ ਨੇ ਜਦੋਂ ਬਾਹਰ ਬੈਠੇ ਆ ਮੁਸ਼ਕਲ ਬਹੁਤ ਹੁੰਦੀ। ਬਿਲਕੁਲ ਜੀ, ਤੇ ਮੁਸ਼ਕਲ ਆਈਆਂ ਵੀ ਹੋਣਗੀਆਂ, ਬਹੁਤ ਆਈਆਂ ਜੀ, ਹਾਂਜੀ, ਬਈ ਫਰਨੀਚਰ ਕਿੱਥੋਂ ਲਈਏ, ਆਹ ਕਿੱਥੋਂ ਲਈਏ, ਉਹ ਕਿੱਥੋਂ ਲਈਏ, ਉਹੀ ਗੱਲ ਹੈ, ਵੱਲ ਮੁੜ ਕੇ ਫਿਰ ਉਹੀ ਹੁੰਦੀ ਆ। ਤੇ ਲੋ ਇਹਨੇ ਜਾ ਕੇ ਕਹਿਣਾ ਵੀ ਮੈਂ ਚਾਹੁੰਦਾ ਫੋਟੋ 'ਤੇ ਚੀਜ਼ ਉਹ ਬਣਦੀ ਨਹੀਂ ਹੈਗੀ, ਪਰ ਫੋਟੋ ਪਾ ਦਿੰਦੇ ਨਾ, ਫਿਰ ਕਹਿਣਾ ਚੱਲ ਦੇਖਦੇ ਹਾਂ, ਫਿਰ ਜਦੋਂ ਉਹਨੇ ਬੰਦੇ ਨੇ ਕੰਮ ਕੀਤਾ ਵੀ ਐਕਚੁਅਲੀ ਬੜਾ ਹੀ ਸੋਹਣਾ ਬਣਿਆ, ਇਹਦੀ ਦੇਣੀ ਹੈ ਜੀ, ਇਹਦੀ ਸਿਲੈਕਸ਼ਨ ਆ, ਇਹਨੇ ਕੀਤਾ। ਠੀਕ ਹੈ ਜੀ, ਹਾਂਜੀ। ਤੇ ਲੌਬੀ ਆ ਗਈ ਖੁੱਲੀ ਡੁੱਲੀ, ਕਿਉਂਕਿ ਬਾਹਰਲਿਆਂ ਨੂੰ ਇੱਕ ਚੀਜ਼ ਪਸੰਦ ਹੈ ਕਿ ਜਿੰਨੀਆਂ ਕੁ ਵੀਡੀਓ ਮੈਂ ਬਾਹਰਲਿਆਂ ਨੇ ਕਰੀਆਂ ਨੇ, ਉਹ ਕਹਿੰਦੇ ਵੀ ਰਹਿਣਾ ਉੱਤੇ ਆ, ਬਿਲਕੁਲ, ਤੇ ਥੱਲੇ ਸਾਰਾ ਦਿਨ ਬੈਠਣਾ ਕਰਨਾ, ਉਹ ਆਪਾਂ ਗਰਾਊਂਡ ਫਲੋਰ ਤੇ ਕਰਨਾ। ਹਾਂਜੀ ਜੀ, ਆ ਜਾਓ ਦੋਸਤੋ, ਹੁਣ ਆਪਾਂ ਚੱਲਦੇ ਹਾਂ ਘਰ ਦੇ ਅੰਦਰ, ਇਹੋ ਐਂਟਰ ਹੋ ਕੇ ਲੈਫਟ ਸਾਈਡ ਤੇ ਜਿੱਥੇ ਸਾਰਾ ਖਾਣਾ ਦਾ ਬਣਨਾ, ਜਿੱਥੇ ਸਾਰਾ ਪ੍ਰੋਜੈਕਟ ਬਣਨਾ। ਪਰ ਉਸ ਤੋਂ ਪਹਿਲਾਂ ਬਾਈ ਇੱਕ ਆ ਵੈਨਿਟੀ ਜੀ ਮੈਨੂੰ ਦੇਖਣ ਨੂੰ ਮਿਲ ਰਹੀ ਆ, ਇਹਦਾ ਕੀ ਇੱਥੇ ਫੀਚਰ ਰੱਖਿਆ? ਇਹਦੇ ਵਿੱਚ ਬਾਈ ਇਦਾਂ ਇੱਥੇ ਸੀਗਾ ਆਪਣੇ MC ਬਾਕਸ, ਤੇ ਉਹ ਕਵਰ ਕਰਨ ਲਈ ਆਪਾਂ ਇੱਕ ਤਾਂ ਫਿਰ ਪਲੱਸ ਪੁਆਇੰਟ ਹੋ ਗਿਆ, ਆਪਾਂ ਸਮਾਨ ਰੱਖ ਸਕਦੇ ਆ, ਜੁੱਤੀਆਂ ਰੱਖ ਸਕਦੇ ਆ, ਤੇ ਇੱਕ ਕਵਰਿੰਗ ਹੋ ਗਈ ਇਹਦੀ। ਠੀਕ ਹੈ ਜੀ, ਤੇ
ਇਹ ਇੱਕ ਮੈਨੂੰ ਘਰ ਦੇ ਵਿੱਚ ਹੋਰ ਵੀ ਚੀਜ਼ ਦੇਖਣ ਨੂੰ ਮਿਲਦੀ, ਜਿਵੇਂ ਹੁਣ ਝਾੜੂ ਹੋ ਗਏ, ਜੋ ਅੰਦਰਲਾ ਕੰਮ ਆ ਉਹ ਸਾਰਾ ਇੱਥੇ ਰੱਖ ਸਕਦੇ ਹਾਂ। ਹਾਂਜੀ, ਤੁਸੀਂ ਇੱਥੇ ਆ ਕੇ ਰਿਮੋਟ ਰੱਖ ਲਓ, ਚਾਬੀਆਂ ਰੱਖ ਲਓ, ਜੋ ਵੀ ਤੁਸੀਂ ਰੱਖਣਾ। ਬਿਲਕੁਲ ਜੀ, ਬਿਲਕੁਲ। ਅਤੇ ਆ ਜਾਓ ਬਈ, ਕਿਚਨ ਤਾਂ ਨਾ ਮੈਂ ਕਹਿਣਾ ਬਈ ਅਸੀਂ ਥੋੜ੍ਹਾ ਜਿਹਾ, ਮੈਂ ਤਾਂ ਬਾਈ ਬੈਕ ਸਾਈਡ 'ਤੇ ਹੋ ਜਾਂਦੇ ਹਾਂ, ਕਿਉਂਕਿ ਦਰਸ਼ਕੋ ਤੁਸੀਂ ਕਿਚਨ ਦਾ ਸਵਾਦ ਲੈਣਾ ਇੱਕ ਵਾਰ ਵੀ ਚੀਜ਼ ਬਣਾਈ ਕੀ ਆ, ਬਈ ਕਿੱਥੋਂ ਤਿਆਰ ਕਰਵਾਈਏ ਕਿਚਨ? ਇਹ ਬਾਈ ਆਪਾਂ ਬਣਾਈ ਆ ਗਰਾਇਆਂ ਤੋਂ, ਸ਼੍ਰੀ ਹਨੂੰਮਾਨ ਥਾਲੇ ਬਣ ਕੇ ਆਈ 5 ਕਿੱਲੇ ਤੋਂ। ਬਣ ਕੇ 5 ਕਿੱਲੇ ਤੋਂ? ਹਾਂਜੀ, ਇਹ ਵੀ ਸਾਰੀ ਕਲਾਸੀਕਲ ਦੇ ਵਿੱਚ ਰੱਖੀ ਹੈ ਵਾਈਟ, ਇਹ ਬਾਹਰ ਵਾਈਟ ਜ਼ਿਆਦਾ ਚੱਲਦਾ ਹੁਣ ਕਰਕੇ। ਉੱਥੇ ਹੁਣ ਵਾਈਟ ਦਾ ਟ੍ਰੈਂਡਿੰਗ ਬਹੁਤ ਚੱਲ ਰਿਹਾ ਬਾਹਰ। ਠੀਕ ਹੈ, ਆਪਾਂ ਉਹੀ ਸੇਮ ਟੇਸਟ ਇੱਥੇ ਕਰਨ ਦੀ ਟਰਾਈ ਕੀਤੀ। ਠੀਕ ਹੈ, ਬੈਕ ਸਪਲੈਸ਼ ਲਾਏ ਆ, ਇਹ ਇੱਥੇ ਆਪਣੇ ਘੱਟ ਲੱਗਦੇ ਆ, ਪਰ ਉਹ ਬੰਦੇ ਨੇ ਸਪੈਸ਼ਲ ਮੰਗਾ ਕੇ ਦਿੱਤੇ ਆਪਾਂ ਨੂੰ। ਕੀ ਬਾਤ ਹੈ ਜੀ! ਹਾਂਜੀ, ਇਕੱਲੀ ਮਾਲੇ ਹਨਾ, ਇੱਕ ਮਜ਼ਾਲ ਸਪੇਸ ਹੁੰਦਾ ਵੀ ਆਪਾਂ ਅੱਗੇ ਜਾਊਗਾ ਪਰ ਬੰਦ ਆ ਸਾਰਾ। ਹਾਂਜੀ, ਮਜ਼ਾਲ ਕਹਿੰਦੇ ਆਪਣੇ ਨਾ ਇੱਥੇ, ਉੱਥੇ ਮਜ਼ਾਲ ਕਹਿੰਦੇ ਮਲਾਸ਼ਾ। ਹਾਂਜੀ, ਤੇ ਆਪਣੇ ਉੱਥੇ ਬਲੈਕ ਸਪੈ ਕਹਿੰਦੇ ਆ। ਠੀਕ ਹੈ ਬਾਈ, ਤੇ ਮੁੜ ਕੇ ਇੱਧਰ ਆਪਣੀ ਫਰਿੱਜ ਆ ਗਈ ਬਾਜੀ। ਫਰਿੱਜ ਬਾਈ ਇਹ ਆਹਾ ਓਪਨ ਮਾਈਕ੍ਰੋਵੇਵ। ਠੀਕ ਹੈ ਜੀ, ਤੇ ਇੱਧਰ ਫਰਿੱਜ ਆ ਗਈ ਆਪਣੀ। ਅੱਛਾ, ਫਰਿੱਜ ਵੀ ਅਲਮਾਰੀ 'ਚ ਫਿੱਟ ਕਰਤਾ ਬਾਈ? ਹਾਂਜੀ। ਕਿਆ ਬਾਤ ਹੈ ਜੀ! ਇੱਧਰ ਆਪਣੇ ਫਰਿੱਜ ਰਿਹਾ ਥੱਲੇ। ਠੀਕ ਹੈ ਜੀ, ਪੂਰਾ ਮਤਲਬ ਜੇ ਕਹਿ ਦਈਏ ਵੀ ਬਾਹਰ ਲੈਣਾ ਸਿਸਟਮ, ਸਾਰਾ ਕਰੋਕਰੀ ਪੈਂਟਰੀ ਦਾ ਸਿਸਟਮ ਆ ਗਿਆ, ਹਰ ਇੱਕ ਚੀਜ਼ ਮਤਲਬ ਬਾਹਰੋਂ ਦੇਖਣ ਨੂੰ ਤਾਂ ਪਤਾ ਹੀ ਲੱਗਦਾ ਵੀ ਇੰਨਾ ਕੁਛ ਇਹ 'ਚ ਜੇ ਕਹਿ ਦਈਏ ਸਾਂਭਿਆ ਹੋਇਆ। ਤੇ ਇੱਥੇ ਤਰੀਬ ਬਣਦੀ ਹੈ, ਜਿਨ੍ਹਾਂ ਨੇ ਵੀ ਕਿਚਨ ਤਿਆਰ ਕੀਤੀ ਆ ਉਹਨਾਂ ਦਾ ਵੀ ਜਿਹੜਾ ਆਰਕੀਟੈਕਟ ਹੈ ਉਹਨੇ ਵੀ ਕਈ ਚੀਜ਼ਾਂ ਨੂੰ ਬਣਾਇਆ ਸੋਹਣੇ ਤਰੀਕੇ ਨਾਲ। ਦੂਜੀ ਗੱਲ, ਜਿਹੜਾ ਮਿਲਕੀ ਜੇ ਕਹਿ ਦਈਏ ਨਾ ਆਪਾਂ, ਮਾਰਬਲ ਬਹੁਤ ਘੱਟ ਮਿਲਦਾ ਇੰਨਾ ਸੋਹਣਾ ਦੇਖਣ ਨੂੰ। ਹਾਂ, ਇਹ ਵੀ ਮੈਚ ਕੀਤਾ, ਮੈਚ ਕੀਤਾ। ਹਾਂਜੀ, ਕੰਪੋਨੇਸ਼ਨ ਨਾਲ ਕੀਤਾ ਜੀ, ਤੇ ਆਪਾਂ ਉਹਦੇ ਨਾਲ ਕਰੋਕਰੀ ਰੱਖਣ ਲਈ ਬਣਾ ਲਿਆ ਜੀ। ਇੱਧਰ ਆ ਗਿਆ ਜੀ ਡਾਇਨਿੰਗ ਏਰੀਆ, ਤੇ ਬਈ ਛੱਤ ਤੇ ਨਿਗਾਹ ਤੂੰ ਆਪ ਹੀ ਮਰਾਈ ਚੱਲੀ, ਕੈਮਰਾਮੈਨ ਨੂੰ ਅਸੀਂ ਆਪ ਹੀ ਕਹਿ ਦਿੰਦੇ ਹਾਂ ਕਿਉਂਕਿ ਮੈਂ ਬਾਈ ਨਾਲ, ਮੈਨੂੰ ਲੱਗਦਾ ਘਰ ਹੀ ਇੰਨਾ ਜ਼ਿਆਦਾ ਸੋਹਣਾ ਹੈ ਵੀ ਘਰ ਵੱਲ ਮੈਂ ਜ਼ਿਆਦਾ ਉਲਝਿਆ ਹੋਊਂਗਾ ਦਿਖਾਉਣ 'ਚ। ਅਤੇ ਇੱਧਰ ਆ ਗਿਆ ਜੀ ਡਾਇਨਿੰਗ ਏਰੀਆ। ਹਾਂਜੀ, ਡਾਇਨਿੰਗ ਤੇ ਬਈ ਬੈਕ ਸਾਈਡ 'ਤੇ ਇਹ ਪਰਦਾ ਲੱਗਿਆ ਜਿਹੜਾ। ਹਾਂਜੀ, ਇਹ ਦੋ ਤਰ੍ਹਾਂ ਕਰਦੇ ਹੁੰਦੇ। ਠੀਕ ਹੈ ਜੀ, ਇਹ ਤਾਂ ਇੱਧਰ ਆਹੀ ਆਪਾਂ ਬਾਅਦ 'ਚ ਦਿਖਾਵਾਂਗੇ। ਆਊਟਸਾਈਡ ਕਿਚਨ ਤੁੜਕਿਆਂ ਵਾਲੀ ਦੇ ਸੀ ਜੀ ਕਿਚਨ, ਉਹ ਬਾਹਰ ਬਣਾਈ ਹੋਈ। ਕਿਆ ਬਾਤ ਹੈ ਜੀ! ਕਿਉਂਕਿ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਇਹਦੀ ਲੋੜ ਜ਼ਰੂਰ ਰਹਿੰਦੀ ਹੈਗੀ। ਫਰਨੀਚਰ ਦੀ ਬਾਈ ਜੇ ਗੱਲ ਕਰੀਏ, ਇਹ ਵੀ ਆ ਗਿਆ ਡਾਇਨਿੰਗ ਵਾਲਾ। ਹਾਂਜੀ, ਅਤੇ ਉੱਪਰ ਬਈ ਪੱਖੇ ਵਾਲਾ ਸੀਨ ਸਾਰਾ ਦਿਖਾਈ ਚੱਲੇ, ਕੋਈ ਚੀਜ਼ ਰਹਿ ਨਾ ਜਾਵੇ, ਕਈ ਵਾਰ ਸ਼ੌਟਾਂ 'ਚ ਰਹਿ ਜਾਂਦੇ ਦੋਸਤੋ, ਪਰ ਕੋਸ਼ਿਸ਼ ਇਹ ਰਹੂਗੀ ਵੀ ਜੇ ਇਹੋ ਜਿਹਾ ਘਰ ਬਣਾਉਣਾ ਤੁਹਾਨੂੰ ਇੱਕ ਇੱਕ ਚੀਜ਼ ਦੀ ਆਪਸ਼ਨ ਜਿਹੜੀ ਮਿਲਦੀ ਰਹੇ। ਹੁਣ ਬਈ ਫਰਨੀਚਰ ਦੀ ਗੱਲ ਕਰੀਏ, ਇੱਧਰ ਫਰਨੀਚਰ ਆ ਗਿਆ, ਬੈਠੋ ਬਾਈ ਜੀ ਬੈਠੋ। ਅਤੇ ਬਈ ਫਰਨੀਚਰ ਦੀ, ਹਾਂਜੀ ਇਹ ਆਪਾਂ ਬਾਈ ਸਾਰਾ ਲਿਆ, ਇਹ ਮਾਡਲ ਟਾਊਨ ਤੋਂ ਲਿਆ ਸੀਗਾ, ਉਦੋਂ ਆਪਾਂ ਸਾਰੇ ਕਰਤਾਰਪੁਰ ਤੋਂ ਆਪਾਂ ਆਪ ਫਿਨਿਸ਼ਿੰਗ ਕਰਾਈ ਸੀਗੀ। ਠੀਕ ਹੈ, ਆਰਡਰ ਦੇ ਕੇ। ਠੀਕ ਹੈ, ਹਾਂਜੀ, ਅਤੇ ਉਹ ਆਪਾਂ ਜਿਹੜਾ ਡਰਾਇੰਗ ਰੂਮ ਦਾ ਉਹ ਵੀ ਆਪਾਂ ਆਪ ਇੱਥੇ ਤਿਆਰ ਕਰਕੇ ਗਏ ਸੀਗੇ। ਠੀਕ ਹੈ ਜੀ, ਅਤੇ ਬਾਕੀ ਸਾਰਾ ਆਪਾਂ ਲਿਆ ਕਰਤਾਰਪੁਰ ਤੋਂ ਫਰਨੀਚਰ ਜੀ। ਅਤੇ ਸਭ ਤੋਂ ਪਹਿਲਾਂ ਤਾਂ ਕਰੀਏ ਵੀ ਵਾਹਿਗੁਰੂ ਦੀ ਜਿਹੜੀ ਕਿਰਪਾ ਗਈ ਉਹਦੇ ਕਰਕੇ ਪੰਜਾਬੀ ਕਹਿੰਦੇ ਦੁਨੀਆਂ ਦੇ ਕੋਨੇ ਕੋਨੇ 'ਤੇ ਬੈਠੇ ਨੇ। ਬਿਲਕੁਲ, ਅਤੇ ਉਹ ਵੀ ਇੱਕ ਬਹੁਤ ਵਧੀਆ ਸੋਹਣੇ ਤਰੀਕੇ ਨੇ ਬਈ, ਕਾਹਦੇ ਵਰਕ ਹੋਇਆ ਹੋਇਆ ਇਹ ਬਾਈ ਗੁਰੂ ਨਾਨਕ ਦੇਵ ਜੀ? ਹਾਂਜੀ, ਟਾਇਲ ਆ ਜੀ, ਟਾਇਲ ਟਾਇਲ, ਹਾਂਜੀ, ਟਾਇਲ ਦੇ ਉੱਪਰ ਹੀ ਉਹਨਾਂ ਨੇ ਸਾਰੀ ਫਿਨਿਸ਼ ਕੀਤੀ ਆ, 6 ਫੁੱਟ ਲੰਮੀਆਂ ਅਤੇ 4 ਫੁੱਟ ਚੌੜੀ। ਠੀਕ ਹੈ ਜੀ, ਹਾਂਜੀ, ਅਤੇ ਉਹੀ ਗੱਲ ਹੈ ਵੀ ਜਿਹੜਾ ਵੀ ਘਰ 'ਚ ਪ੍ਰਵੇਸ਼ ਹੋਵੇ ਤਾਂ ਰੱਬ ਦਾ ਨਾਮ ਉਹਨੂੰ ਜ਼ਰੂਰ ਯਾਦ ਰਹੇ। ਸਾਡੇ ਇਹ ਸੀਗਾ ਜਦੋਂ ਆਪਾਂ ਉੱਪਰੋਂ ਆਈਏ ਜਾਣਾ ਆ ਤਾਂ ਮਹਾਰਾਜ ਦੇ ਮੱਥੇ ਲੱਗੇ। ਅੱਛਾ, ਇੱਧਰ ਪੌੜੀਆਂ ਦੇ ਹਿਸਾਬ ਨਾਲ ਸਿਸਟਮ ਉਹ ਰੱਖਿਆ? ਹਾਂਜੀ। ਕਿਆ ਬਾਤ ਹੈ! ਹਾਂਜੀ, ਜਦੋਂ ਉੱਧਰੋਂ ਆਉਂਦੇ ਇੱਥੇ ਬਹਿੰਦੇ ਹਾਂ ਤਾਂ ਵੀ ਵਧੀਆ ਲੱਗਦਾ। ਮਤਲਬ ਉਹੀ ਗੱਲ ਹੈ ਵੀ ਆ ਕੇ ਤਾਂ ਆਪਾਂ ਘਰੇ ਯਾਦ ਕਰ ਹੀ ਲੈਣਾ, ਕਹਿੰਦੇ ਰੱਬ ਨੂੰ, ਜਾਣ ਵੇਲੇ ਇੱਕ ਵਾਰ ਜ਼ਰੂਰ ਨੀਵੇਂ ਹੋ ਕੇ ਜਾਈਏ, ਪਰਮਾਤਮਾ ਬਖਸ਼ੀ। ਜਦੋਂ ਆਉਂਦੇ ਹਾਂ ਫਿਰ ਵੀ ਸਿਰ ਝੁਕਦਾ, ਉੱਧਰੋਂ ਤੋਂ ਥੱਲੇ ਨੂੰ ਉੱਤਰਦੇ ਹਾਂ, ਵਧੀਆ ਲੱਗਦਾ। ਕਿਆ ਬਾਤ ਹੈ ਜੀ, ਬਹੁਤ ਵਧੀਆ ਸੋਚ, ਇਹ ਵੱਡੀ ਗੱਲ ਹੈ ਦੋਸਤੋ, ਕਿਉਂਕਿ ਪਰਮਾਤਮਾ ਨੇ ਘਰ ਦਿੱਤਾ, ਪਰਮਾਤਮਾ ਨੇ ਆਪਣੇ ਸੁਪਨੇ ਪੂਰੇ ਕੀਤੇ ਆ। ਬਿਲਕੁਲ, ਜੇ ਆਪਾਂ
ਉਹਦੇ ਉਹ ਚੀਜ਼ਾਂ ਧਿਆਨ ਰੱਖਾਂਗੇ ਤਾਂ ਮੈਨੂੰ ਲੱਗਦਾ ਵੀ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਬਿਲਕੁਲ ਜ਼ੀਰੋ ਹੈ ਜੀ ਆਪਾਂ ਜੀ ਭਾਈ ਹੁਣ ਦੋ ਰੂਮ ਆ ਗਏ ਜਿੱਥੇ ਆਪਾਂ ਇਹ ਆਪਣਾ ਹੈਗਾ ਸਟੋਰੇਜ ਛੇ ਸਟੋਰੇਜ ਆ ਜੀ ਤੇ ਇੱਧਰ ਆਪਣਾ ਰੂਮ ਇੱਧਰ ਰੂਮ ਆ ਗਿਆ ਤੇ ਇੱਧਰ ਬਈ ਆਪਣਾ ਵਾਸ਼ਰੂਮ ਆ ਹਾਂਜੀ ਇਹਦੇ ਵੀ ਭਾਜੀ ਬਹੁਤ ਵਧੀਆ ਤਾਂ ਆਪਾਂ ਖਾਂਦੇ ਪੀਂਦੇ ਹਾਂ ਹੱਥ ਆਪਣੇ ਲਿਬੜੇ ਹੁੰਦੇ ਟੂਟੀ ਨਹੀਂ ਚਲਾਉਣੀ ਇਹ ਸੈਂਸਰ ਟਾਈਪ ਆ ਇਹ ਵੀ ਸੈਂਸਰ ਟਾਈਪ ਹੀ ਆ ਸਾਰੀ ਠੀਕ ਹੈ ਜੀ ਤੇ ਇੱਧਰ ਬਈ ਵਾਸ਼ਰੂਮ ਆ ਗਿਆ ਨਾਲ ਤੇ ਆਹ ਤੁਸੀਂ ਦੋਸਤੋ ਦੇਖ ਸਕਦੇ ਹੋ ਵੀ ਇਹ ਲੌਬੀ ਨੂੰ ਕਹਿ ਲਈਏ ਕਿਚਨ ਨੂੰ ਕਹਿ ਲਈਏ ਡਰਾਇੰਗ ਰੂਮ ਨੂੰ ਕਹਿ ਲਈ ਉਹਨਾਂ ਲਈ ਵਾਸ਼ਰੂਮ ਦੀ ਆਪਸ਼ਨ ਦਿੱਤੀ ਹੈ ਠੀਕ ਹੈ ਜੀ ਬਈ ਇੱਧਰ ਆ ਗਿਆ ਜੀ ਹੁਣ ਆਪਾਂ ਜੇ ਗੱਲ ਕਰੀਏ ਐਲਈਡੀ ਯੂਨਿਟ ਹਾਂਜੀ ਐਲਈਡੀ ਮੈਨੂੰ ਲੱਗਦਾ ਵੀ 70-75 ਹੋ ਬਈ 75 ਇੰਚ ਤੇ ਆਪਣੀ ਵੀਡੀਓ ਤਾਂ ਲਾਈਏ ਦੋਸਤੋ ਨੇ ਗਾਣੇ ਵੀ ਲਾ ਦਿੰਦੇ ਕਾਪੀਰਾਈਟ ਦਾ ਪੰਗਾ ਪੈ ਜਾਂਦਾ ਤੇ ਇਹਦੇ ਬੈਕ ਸਾਈਡ ਤੇ ਵੀ ਜਿਹੜਾ ਵਰਕ ਹੋਇਆ ਇਹ ਕਾਹਦਾ ਹੋਇਆ ਹੋਇਆ ਇਹ ਆਪਣੇ ਹੈਗੇ ਆ ਪੀਓਪੀ ਤੇ ਇਹਦੇ ਉੱਪਰ ਵਾਲਪੇਪਰ ਲਾਇਆ ਹੋਇਆ ਠੀਕ ਹੈ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਬਈ ਇੱਕ ਨਾ ਰੂਮ ਦਿਖਾ ਦਈਏ ਪਹਿਲਾਂ ਹਨਾ ਹਾਂਜੀ ਰੂਮ ਉਸ ਤੋਂ ਬਾਅਦ ਪੌੜੀਆਂ ਦੀ ਗੱਲ ਕਰਾਂਗੇ ਪੌੜੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਫਿਰ ਚੱਲਾਂਗੇ ਗਰਾਊਂਡ ਫਲੋਰ ਤੇ ਇਹ ਆਪਣਾ ਗੈਸਟ ਰੂਮ ਠੀਕ ਹੈ ਜੀ ਹਾਂਜੀ ਕੋਈ ਬਜ਼ੁਰਗ ਆ ਉਹ ਲਈ ਇੱਥੇ ਉੱਪਰ ਨਹੀਂ ਜਾ ਸਕਦੇ ਇੱਥੇ ਰੈਸਟ ਕਰ ਸਕਦੇ ਹਾਂ ਜਾਂ ਮਾਤਾ ਪਿਤਾ ਦੇ ਕਿਸੇ ਦੇ ਗੋਡੇ ਦੁਖਦੇ ਆ ਬਿਲਕੁਲ ਤਾਂ ਉਹਨਾਂ ਲਈ ਆਪਸ਼ਨ ਆਪਾਂ ਥੱਲੇ ਇੱਕ ਰੂਮ ਹੀ ਰੱਖਿਆ ਹੈਗਾ ਇੱਕ ਰੂਮ ਉਹ ਵੀ ਗੈਸਟ ਲਈ ਰੱਖਿਆ ਗੈਸਟ ਲਈ ਰੱਖਿਆ ਹਾਂਜੀ ਠੀਕ ਹੈ ਜੀ ਬਈ ਇਹ ਰੂਮ ਦੇ ਵਿੱਚ ਇੱਕ ਚੀਜ਼ ਮੈਨੂੰ ਖਾਸ ਤੌਰ ਦੇਖਣ ਨੂੰ ਮਿਲੀ ਨਹੀਂ ਆਪਾਂ ਧਰ ਧਰ ਸਮਾਨ ਐਂ ਜੇ ਕਰਨ ਲਾ ਦਿੰਦੇ ਟਾਈਟ ਬਿਲਕੁਲ ਜੀ ਉਹ ਚੀਜ਼ ਕੁਛ ਨਹੀਂ ਨਹੀਂ ਇਹ ਸੈਂਪਲ ਵਧੀਆ ਆ ਇੱਕ ਜਦੋਂ ਵੜਦੇ ਆ ਕਿ ਘਰ ਖੁੱਲ੍ਹਾ ਲੱਗਦਾ ਠੀਕ ਹੈ ਜੀ ਹਾਂਜੀ ਜਦੋਂ ਆਪਾਂ ਬਹੁਤ ਕੁਝ ਰੱਖ ਦਿੰਦੇ ਹਾਂ ਹੁਣ ਸਾਡੀ ਉਹ ਤਾਂ ਪਲੈਨ ਹੀ ਹੈਗੀ ਕਿ ਉਹ ਤਾਂ ਸੋਫਾ ਲਾਵਾਂਗੇ ਇੱਥੇ ਉਹਦੇ ਸੋਫਾ ਲਾਵਾਂ ਹਾਂਜੀ ਠੀਕ ਹੈ ਜੀ ਇੱਧਰ ਬਾਈ ਮੈਂ ਕਹਿੰਦਾ ਬੀਚ ਬੂਚ ਜੇ ਪਹਾੜ ਪੂੜ ਸਾਰਾ ਸਿਸਟਮ ਹੀ ਕਰ ਰੱਖਿਆ ਹਾਂਜੀ ਵੀਰੇ ਇਹ ਮੇਰੀ ਸੀਗੀ ਖੁਆਇਸ਼ ਜਦੋਂ ਆਪਾਂ ਉੱਠਦੇ ਹਾਂ ਜਦੋਂ ਹੁਣ ਕੋਈ ਗੈਸਟ ਆਇਆ ਉਹਨੂੰ ਇਹ ਨਾ ਫੀਲ ਹੋਵੇ ਕਿ ਉਹ ਕੰਧ ਆ ਜੀ ਉਹਨੂੰ ਇਹ ਲੱਗੇ ਵੀ ਮੈਨੂੰ ਮੈਂ ਕੋਈ ਬਾਹਰ ਹੀ ਆ ਗਿਆ ਕਦੇ ਬੰਦਾ ਐਂ ਉਲਝ ਜੇ ਵੀ ਯਾਰ ਮੈਂ ਪਹਾੜਾਂ 'ਚ ਕਦੋਂ ਗਿਆ ਹਾਂ ਮੈਂ ਪਹਾੜਾਂ 'ਚ ਕਦੋਂ ਗਿਆ ਜੀ ਤੇ ਮਤਲਬ ਘਰੇ ਬੈਠੇ ਨੂੰ ਪਹਾੜਾਂ 'ਚ ਭੇਜ ਦਿੰਦੇ ਹੋ ਬਿਲਕੁਲ ਤੇ ਇੱਧਰ ਬਈ ਵਾਸ਼ਰੂਮ 'ਚ ਨਿਗਾਹ ਰੱਖਦੇ ਡਰਾਇੰਗ ਤੇ ਡਰੈਸਿੰਗ 'ਚ ਹਾਂਜੀ ਠੀਕ ਹੈ ਜੀ ਤੇ ਇਹ ਸਾਰਾ ਆਪਣਾ ਕੰਮ ਪੰਚਕੂਲੇ ਹੋਇਆ ਉਹਨਾਂ ਨੇ ਆਣ ਕੇ ਫਿਰ ਫਿਟਿੰਗ ਕੀਤੀ ਸੀਗੀ ਵਾਲ ਡ੍ਰੌਪਸ ਜਿਹੜੇ ਬਣਾਏ ਆ ਠੀਕ ਹੈ ਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਮੇਨ ਗੱਲ ਕੀ ਹੁੰਦੀ ਆ ਪਹਿਲਾਂ ਜਦੋਂ ਬਾਹਰਲਾ ਮਿੱਤਰ ਕੋਈ ਘਰ ਬਣਵਾਉਂਦਾ ਹੈ ਕਈ ਵਾਰ ਨਾ ਫਿਟਿੰਗ ਦੀ ਪ੍ਰੋਬਲਮ ਰਹਿ ਜਾਂਦੀ ਆ ਕਈ ਵਾਰ ਕੋਈ ਜੋ ਚੀਜ਼ ਬੰਦਾ ਕਹਿੰਦਾ ਵੀ ਅਸੀਂ ਆਹ ਦੇਵਾਂਗੇ ਪ੍ਰੋਵਾਈਡ ਕਰਾਂਗੇ ਤਾਂ ਉਹ ਮਿਲਦੀ ਨਹੀਂ ਉਦੋਂ ਦੁੱਖ ਬੜਾ ਹੁੰਦਾ ਗਾ ਤੇ ਬਈ ਪਹਿਲਾਂ ਆਪਾਂ ਚੱਲੀਏ ਫਿਰ ਥੱਲੇ ਸਿਨੇਮਾ ਹਾਲ ਦਿਖਾਈਏ ਉਸ ਤੋਂ ਪਹਿਲਾਂ ਇੱਕ ਵਾਰ ਨਾ ਪੌੜੀਆਂ ਦੀ ਗੱਲ ਜ਼ਰੂਰ ਕਰੀਏ ਇਹਦਾ ਆਈਡੀਆ ਕਿੱਥੋਂ ਆਇਆ ਡਬਲ ਉੱਥੋਂ ਤਾਂ ਮੈਂ ਦੇਖੀਆਂ ਨੇ ਪੌੜੀਆਂ ਹਾਂਜੀ ਵੀ ਇੱਕ ਪੌੜੀ ਐਂ ਚੜ੍ਹ ਗਈ ਇੱਕ ਐਂ ਚੜ੍ਹ ਗਈ ਉਰੋਂ ਡਬਲ ਕਰਕੇ ਸਿੰਗਲ ਕਰਤੀ ਫਿਰ ਡਬਲ ਕਰ ਹਾਂਜੀ ਇਹ ਭਾਈ ਅਸੀਂ ਮੰਗਦੇ ਸੀ ਤਾਂ ਬਈ ਆਪਾਂ ਮੂਵੀਆਂ 'ਚ ਹੀ ਦੇਖਦੇ ਹੁੰਦੇ ਮੂਵੀਆਂ ਬਣਦੀਆਂ ਆ ਮੂਵੀਆਂ ਦੇ ਵਿੱਚ ਸਾਡੀ ਖੁਆਇਸ਼ ਇਹ ਸੀ ਵੀ ਆਪਾਂ ਉਹ ਫਿਲਮ ਸੀਨ ਬਣਾਉਣਾ ਠੀਕ ਹੈ ਵੀ ਇੱਧਰ ਦੀ ਜਾਵੇ ਤਾਂ ਆਉਂਦੀ ਇੱਧਰ ਦੀ ਕਹਿੰਦੇ ਆਏ ਦੀ ਉੱਤਰ ਗਏ ਵੀ ਟ੍ਰੈਫਿਕ ਜਿੱਦਾਂ ਆਪਾਂ ਵਿਆਹ ਸ਼ਾਦੀ ਕੁਝ ਵੀ ਪ੍ਰੋਗਰਾਮ ਆ ਆਪਾਂ ਇੱਕ ਦੂਜੇ ਵਿੱਚ ਵੱਜਦੇ ਹਾਂ ਨਾ ਜਿਹਦੇ ਵਿੱਚ ਜਿੱਦਾਂ ਮਰਜ਼ੀ ਤੁਸੀਂ ਖੁੱਲ੍ਹੇ ਜਾਓ ਜੀ ਅਤੇ ਇਹ ਬਈ ਸਾਰਾ ਕੰਮ ਜਿਹੜਾ ਹੋਇਆ ਕਰਤਾਰਪੁਰ ਸਾਹਿਬ ਕਰਤਾਰਪੁਰ ਤੋਂ ਹੋਇਆ ਭਾਜੀ ਮੈਂ ਦੇਖੀ ਸੀਗੀ ਗੂਗਲ ਤੋਂ ਫੋਟੋ ਚੁੱਕੀ ਸੀਗੀ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਇੱਦਾਂ ਦੀ ਚਾਹੀਦੀ ਹੈਂਡਮੇਡ ਦੇਤਾ ਹੈਂਡਮੇਡ ਉਹਨਾਂ ਨੇ ਹਾਂਜੀ ਲਿਆ ਦੇ ਟਾਈਮ ਨਾਲ 2 ਮੰਥ ਪਰ ਕੰਮ ਬਹੁਤ ਸੋਹਣਾ ਕੀਤਾ ਭਾਈ ਹੈਂਡ ਕੱਲੇ ਕੱਲੇ ਜਮਾਂ ਤਸੱਲੀ ਕਰਾਤੀ ਹਾਂਜੀ ਅਤੇ ਬਈ ਚੱਲੀਏ ਜੀ ਫਿਰ ਚਲੋ ਜੀ ਆ ਜਾਓ ਦੋਸਤੋ ਹਰ ਕੋਠੀ 'ਚ ਆਪਾਂ ਇੱਕ ਗੱਲ ਕਹਿਣਾ ਨਾ ਗਰਾਊਂਡ ਫਲੋਰ ਤੋਂ ਫਸਟ ਫਲੋਰ ਇੱਥੇ ਤੁਸੀਂ ਦੇਖੋ ਵੀ ਹੁਣ ਆਪਾਂ ਕਿਹੜੇ ਪਾਸੇ ਚੱਲੇ ਹਾਂ ਬਈ ਤੂੰ ਉੱਧਰ ਦੀ ਹੋ ਜਾ ਅਸੀਂ ਇੱਧਰ ਦੀ ਚੱਲਦੇ ਹਾਂ ਹਾਂਜੀ ਬਾਈ ਇਹ ਬਾਈ ਆਪਣਾ ਬੇਸਮੈਂਟ ਜੀ ਮੈਂ ਉਹੀ ਚੀਜ਼ ਬਾਈ ਜਿਹੜੀ ਗੱਲ ਕਹਿਣੀ ਆ ਇਹ ਮੇਰੀ ਖੁਆਇਸ਼ ਸੀਗੀ ਵੀ 4 ਬੰਦੇ ਆਏ ਆ ਬੈਠੇ ਆ ਤਾਂ ਇੱਥੇ ਆਪਾਂ ਥੋੜ੍ਹਾ ਜਿਹਾ ਇੰਡੀਆ ਪਾਉਂਦੇ ਹਾਂ ਰਿਲੈਕਸ ਹੋਣ ਲਈ ਜੀ ਸਾਰਾ ਆਪਣਾ ਭੁੱਲ ਕੇ ਬੰਦਾ ਕਹਿੰਦਾ ਵੀ ਚਿੱਲ ਮਾਰੀਏ ਇੱਥੇ ਸਾਡਾ ਰਾਤ ਇੱਥੇ ਫੋਨ ਚੱਲਦਾ ਸਾਡਾ ਠੀਕ ਹੈ ਫੋਨ ਸਾਇਲੈਂਟ ਹੋ ਜਾਂਦਾ ਅਤੇ ਆਰਾਮ ਨਾਲ ਫਿਰ ਗੱਲਾਂ ਬਾਤਾਂ ਮਾਰੀਦੀਆਂ ਨਹੀਂ ਤਾਂ ਅੱਜ ਕੱਲ੍ਹ ਸਮਾਂ ਇੱਦਾਂ ਦਾ ਹਰੇਕ ਦੇ ਕੋਲ ਫੋਨ ਹੁੰਦਾ ਰਸਤੇ ਵੀ ਜਾਈਏ ਸਾਰੇ
ਜਾਈਦਾ ਮਿਲਣੇ ਆ ਬੈਠੇ ਫੋਨਾਂ ਦੇ ਹੁੰਦੇ ਆ। ਠੀਕ ਹੈ ਜੀ, ਹਾਂਜੀ ਇਹ ਵੀ ਗੱਲ ਵਧੀਆ ਹੈਗੀ। ਇੱਥੇ ਮਤਲਬ ਨੈਟਵਰਕ ਆਉਂਦਾ ਨਹੀਂ ਗਾ, ਤੇ ਜਿਹੜਾ ਖਾਣ ਪੀਣ ਦਾ ਸ਼ੌਕੀਨ ਹੈ ਜਾਂ ਮੂਵੀ ਵਗੈਰਾ ਦੇਖਣੀ ਆ ਉਹਦੇ ਲਈ ਜਮਾ ਕਹਿੰਦੀ ਗੱਲ ਬਣਾਈ ਪਈ। ਬਿਲਕੁਲ, ਇਹਦੇ ਨਾਲ ਆਪਸ਼ਨ ਆਪਾਂ ਇੱਕ ਦੇ ਵਾਸ਼ਰੂਮ ਰੱਖੀ ਜੀ। ਇੱਧਰ ਦੋਸਤੋ ਵਾਸ਼ਰੂਮ ਆ ਗਿਆ ਪੌੜੀਆਂ ਦੇ ਬਿਲਕੁਲ ਥੱਲੇ, ਤੇ ਖੁੱਲੀ ਡੁੱਲੀ ਪੌੜੀ ਆ ਵੀ ਕੋਈ ਮੇਰੇ ਵਰਗਾ ਖਾ ਪੀ ਕੇ ਕਿਤੇ ਡਿੱਗ ਵੀ ਨਾ ਜਾਵੇ, ਮਤਲਬ ਉਹ ਵੀ ਚੀਜ਼ਾਂ ਧਿਆਨ ਰੱਖੇਗਾ। ਇੱਧਰ ਵੀ ਬਾਈ ਸਟਾਕ ਮੈਂ ਕਹਿੰਦਾ ਵੀ ਪੂਰਾ ਪੂਰਾ ਜੀ ਪੂਰਾ, ਇਹ ਨਾ ਕਵੇਗਾ ਜਿਹੜਾ ਵੀ ਮੈਂ ਆਹ ਪੀਣੀ ਤੇ ਤੁਹਾਡੇ ਕੋਲ ਹੈ ਨਹੀਂ। ਠੀਕ ਹੈ ਜੀ, ਆਪਾਂ ਸਾਰੇ ਤਰ੍ਹਾਂ ਦੀ ਹੱਲੇ ਆਪਾਂ ਟਰਾਈ ਕਰਦੇ ਨੂੰ ਹੋਰ ਭਰੀਏ, ਮਤਲਬ ਵੀ ਹਾਂਜੀ ਜੇ ਕਹਿ ਦਈਏ ਹੈ ਨਾ ਵੀ ਠੇਕਾ ਬਣਾਇਆ ਪਿਆ ਕਿਧਰ ਦਾ ਸਿਰਾ। ਹਾਂਜੀ ਤੇ ਲਓ ਵੀ ਦੋਸਤੋ ਆਹ ਵੀ ਜੇ ਕਹਿੰਦੇ ਹੁੰਦੇ ਨਾ ਜਿਹੜਾ ਬੀਅਰ ਬਾਰ ਦਾ ਕਿਸੇ ਨੂੰ ਸ਼ੌਕੀਨ ਹੁੰਦਾ ਕੋਈ ਬਣਾਉਣਾ ਹੁੰਦਾ ਤਾਂ ਉਹਨਾਂ ਲਈ ਵੀ ਇੱਕ ਆਈਡੀਆ ਜਿਹਾ ਵਧੀਆ ਹੈਗਾ। ਤੇ ਇਹਦੇ ਵਿੱਚ ਜਿਵੇਂ ਬੋਤਲ ਟੰਕੇ ਕਹਿੰਦੇ ਪਾਣੀ ਪੂਣੀ ਸੌਖੀ ਹੋ ਗਿਆ, ਪੂਰਾ ਮਤਲਬ ਇੱਕ ਇੱਕ ਚੀਜ਼ ਤੇ ਵੀ ਇਹ ਸਾਰਾ ਧਿਆਨ ਆਪ ਹੀ ਕੀਤਾ ਜੀ। ਜਦੋਂ ਜਾਂਦੇ ਆ ਆਈਡੀਆ ਇਹਦਾ ਵੀ ਇੱਥੇ ਜ਼ਰੂਰੀ ਸੀ, ਜਿੱਦਾਂ ਹੁਣ ਉਹ ਫੋਨ ਆ ਜੀ ਦੇਖੋ ਕਿੰਨੀ ਯੂਨੀਕ ਚੀਜ਼ ਆ, ਕਿੰਨੀ ਯੂਨੀਕ ਚੀਜ਼ ਆ। ਬਿਲਕੁਲ ਜੀ ਬਿਲਕੁਲ, ਤੇ ਲਓ ਵੀ ਦੋਸਤੋ ਦੇਖੋ ਜਿਹੜੇ ਸ਼ਰਾਬੀ ਵੀਰ ਨੇ ਜਿਹੜੇ ਜਿਹੜਾ ਬ੍ਰਾਂਡ ਦੇਖ ਕੇ ਕਮੈਂਟ ਜ਼ਰੂਰ ਕਰਿਓ ਵੀ ਕਿਹੜਾ ਕਿਹੜਾ ਬ੍ਰਾਂਡ ਬਾਈ ਕੋਲੇ ਪਏ ਨੇ, ਕਿਹੜਾ ਤੁਸੀਂ ਲਾਈਕ ਕਰਦੇ ਆ। ਬਿਲਕੁਲ ਜੀ ਬਿਲਕੁਲ, ਹਾਂਜੀ ਬਾਈ ਬੀਅਰ ਵਾਰ ਦੇ ਨਾਲ ਜਿਹੜਾ ਮੇਰੇ ਵਰਗਾ ਮਿੱਤਰ ਕੋਈ ਦੇਖਦਾ ਵੀ ਫਿਲਮ ਦੇਖਣੀ ਆ ਕੋਈ ਦੇਖਣਾ, ਹਾਂਜੀ ਉਹਨੂੰ ਆਪਾਂ ਪ੍ਰੋਜੈਕਟਰ ਦੀ। ਬਿਲਕੁਲ ਜੀ, ਇਹ ਭਾਜੀ ਆਪਾਂ ਮੈਂ ਬਾਹਰੋਂ ਲੈ ਕੇ ਆਇਆ ਸੀ, ਇਹ ਨਵੀਂ ਟੈਕਨੋਲੋਜੀ ਆਈ ਹੈ ਲੇਟੈਸਟ, ਹਲੇ ਇੱਧਰ ਇੰਡੀਆ 'ਚ ਮੈਨੂੰ ਲੱਗਦਾ ਨਹੀਂ ਲਾਂਚ ਹੋਈ, ਹਲੇ ਆਪਾਂ ਉੱਧਰ ਵੀ ਬਹੁਤ ਘੱਟ ਯੂਜ਼ ਕਰਦੇ ਇਹਨੂੰ। ਠੀਕ ਹੈ, ਜਿੱਦਾਂ ਆਈ ਸੀ ਮੈਂ ਇਹਨੂੰ ਬਾਹਰ ਲੈ ਆਇਆ, ਮੈਂ ਕਿਹਾ ਵੀ ਇਹ ਇੱਕ ਪ੍ਰੋਜੈਕਟਰ ਪਹਿਲਾਂ ਲਾਉਣਾ ਸੀ, ਉਹਦੀ ਇੱਕ ਤਾਂ ਕਲੈਰਟੀ ਮਰਦੀ ਹੈ ਜੀ, ਬਿਲਕੁਲ ਇੱਕ ਉਹਦੀ ਹੀਟ ਆਉਂਦੀ ਬਹੁਤ, ਅਤੇ ਇਹ ਲੇਜ਼ਰ ਟੀ ਵੀ ਇਹਦੀ ਜਿੱਦਾਂ ਆਪਣੇ ਟੀ ਵੀ ਤੁਸੀਂ ਦੇਖਣਾ ਆ ਅਤੇ 4K ਇਹਦੀ ਕਲੈਰਟੀ ਆ। ਜੇ ਇਹਨੂੰ ਮੈਂ ਕਹਿੰਦਾ ਦੂਰ ਲਈ ਜਾਵਾਂ ਚਾਹੇ ਕਿੰਨੀ ਮਰਜ਼ੀ, ਹਾਂਜੀ ਜਿੱਦਾਂ ਤੁਸੀਂ ਇਹਨੂੰ ਗਾਹ ਕਰੋਗੇ ਇਹਦਾ ਸਕਰੀਨ ਵੱਡੀ ਹੋਈ ਜਾਂਦੀ ਨਾ, ਹਲੇ ਇਹਦੀ ਸੈਟਿੰਗ ਕਲੈਰਟੀ ਦੇਖੋ ਕਿੰਨੀ ਸਾਫ਼ ਆ। ਹਾਂਜੀ ਪੂਰੀ ਕਲੈਰਿਟੀ ਜੇ ਕਹਿ ਦਈਏ ਇੱਕ ਨੰਬਰ ਗੱਲਬਾਤ ਆ। ਤੇ ਦੋਸਤੋ ਇਹ ਵੀ ਪ੍ਰੋਡਕਟ ਮੈਂ ਹੁਣ ਭਾਜੀ ਸਾਡਾ ਪੈਂਡਿੰਗ ਦੇ ਵਿੱਚ ਸੀਗਾ, ਥੋੜ੍ਹਾ ਟਾਈਮ ਘੱਟ ਸੀਗਾ, ਆਰਡਰ ਪਾ ਦਿੱਤਾ ਆਪਾਂ 6 ਚੇਅਰਾਂ ਇੱਧਰ ਨੂੰ ਹੋਣੀਆਂ ਆਪਣੀਆਂ, ਫਿਰ ਉਹਨਾਂ ਦੇ ਵਿੱਚ ਉੱਪਰ ਸਪੇਸ ਦੇ ਕੇ 4 ਚੇਅਰਾਂ ਇਹ ਇੰਕਲਾਈਨ ਇੱਥੇ ਬਣਨੀਆਂ, ਇੱਥੇ ਗੱਭੇ ਆਪਣਾ ਪੂਲ ਟੇਬਲ ਬਣਨਾ, ਉਹ ਆਪਣਾ ਪੇਂਟਿੰਗ ਵਿੱਚ ਆ ਅਗਲੇ ਸਾਲ ਆਪਾਂ ਉਹ ਵਿੱਚ ਲੈ ਕੇ ਆਉਣਾ ਇੱਥੇ ਪੂਲ ਟੇਬਲ ਗੱਲ ਨੈਕਸਟ ਟਾਈਮ ਜਦੋਂ ਗੇੜਾ ਮਾਰਾਂਗੇ। ਹਾਂਜੀ ਉਦੋਂ ਨੂੰ ਮਤਲਬ ਸਾਰਾ ਕੁਝ ਕੰਪਲੀਟ ਹੋ ਗਿਆ, 6-10 ਚੇਅਰਾਂ ਆਪਾਂ ਨੂੰ ਇੱਥੇ ਹੋਣੀਆਂ ਆਪਣੀਆਂ ਇੰਕਲਰ, ਉਹ ਆਪਣੀਆਂ ਹੋਣੀਆਂ ਇੰਕਲਰ ਅਤੇ ਉਹ ਚੱਲੂਗੀਆਂ ਆਪਣੇ ਜਿਹੜੀਆਂ ਇਲੈਕਟ੍ਰੋਨਿਕ। ਠੀਕ ਹੈ ਜੀ, ਹਾਂਜੀ ਜਿਵੇਂ ਤੁਸੀਂ ਦੱਸਦੇ ਸੀਗੇ ਵੀ ਸਾਰਾ ਮੋਬਾਈਲ 'ਤੇ ਕੰਟਰੋਲ ਹੁੰਦਾ ਹੈ, ਅਤੇ ਖਾਸ ਕਰਕੇ ਐਨ ਆਰ ਆਈ ਵੀਰਾਂ ਲਈ ਤਾਂ ਇੱਕ ਬਹੁਤ ਚੰਗੀ ਚੀਜ਼ ਆ, ਮਤਲਬ ਜੇ ਸੈਂਸਰ ਬੇਸ ਆਪਾਂ ਕੰਮ ਕਰ ਲਈ। ਹਾਂਜੀ ਅਤੇ ਬਈ ਕਰਕੇ ਦਿਖਾਇਓ ਬੰਦ ਫਿਰ ਸਿਸਟਮ। ਹਾਂਜੀ ਜੀ, ਜੋ ਜੋ ਇੱਥੋਂ ਤੁਸੀਂ ਬੰਦ ਕਰੀ ਚੱਲੋਗੇ ਉਹ ਇੱਥੋਂ ਬੰਦ ਹੋ ਜਾਊ। ਬਿਲਕੁਲ ਜੀ, ਉਹ ਬੰਦ ਹੋ ਗਿਆ ਜੀ। ਲਓ ਵੀ ਦੋਸਤੋ ਜੇ ਮੰਨ ਲਓ ਆ ਕੇ ਨਾ ਵੀਅਰ ਵਾਰ ਦੇ ਵਿੱਚ ਪਤਾ ਵੀ ਕੋਈ ਖਾਸ ਦੋਸਤ ਆ ਰਹੇ ਨੇ, ਪਹਿਲੀ ਏ ਸੀ ਔਨ ਕਰ ਦਿਓ, ਆਉਂਦੇ ਨੂੰ ਠੰਡਾ ਹੋ ਰਿਹਾ ਹੋਊਗਾ। ਹਲੋ ਜੀ ਮਿੰਟ ਜੀ, ਪੱਖੇ ਪੁੱਖੇ ਸਭ ਬਾਈ ਨੇ ਬੰਦ ਕਰਤੇ, ਅਤੇ ਆਹ ਦੇਖੋ ਜੀ ਔਨ ਹੋ ਰਹੇ ਨੇ ਜੀ, ਕਿਆ ਬਾਤ ਹੈ ਜੀ। ਅਤੇ ਇੱਕ ਕਈ ਵਾਰ ਦੋਸਤ ਕਮੈਂਟ ਵੀ ਕਰ ਦਿੰਦੇ ਨੇ ਵੀ ਪ੍ਰਾਈਵੇਸੀ ਦੀ ਟੈਨਸ਼ਨ ਆ ਬਾਈ ਦੇ, ਸਾਰੇ ਲੋਕ ਆ ਜਿਹੜੇ ਉਹ ਬਾਈ ਦੇ ਜਾਂ ਤਾਂ ਕਹਿੰਦੇ ਹੁੰਦੇ ਆਪਦੇ ਅੰਗੂਠੇ ਦੇ ਉਹਦੇ ਨਾਲ ਖੋਲਣਗੇ ਜਾਂ ਫਿਰ ਮੋਬਾਈਲ ਤੋਂ ਖੋਲਣਗੇ, ਮੋਬਾਈਲ ਤੋਂ ਖੋਲਣਗੇ, ਅਤੇ ਉਹ ਤੋਂ ਬਿਨਾਂ ਘਰ ਦਾ ਇੱਕ ਵੀ ਕਹਿੰਦੇ ਹੁੰਦਾ ਦਰਵਾਜ਼ਾ ਨਹੀਂ ਖੋਲ ਸਕਦੇ। ਬਿਲਕੁਲ ਜੀ, ਇਹ ਐਨ ਆਰ ਆਈ ਵੀਰਾਂ ਲਈ ਖਾਸ ਕਰਕੇ ਮੈਂ ਕਹਿੰਦਾ ਵੀ 4 ਰੁਪਏ ਵੱਧ ਲੱਗ ਜਾਣ, ਬਸ ਚੀਜ਼ ਇਹ ਜ਼ਰੂਰ ਕਰੋ ਜੀ। ਹਾਂਜੀ ਜੀ ਬਾਈ ਜੀ, ਹੁਣ ਇਹ ਆਪਣੇ ਬਾਈ ਕਦੇ ਇੱਦਾਂ ਹੋ ਜਾਂਦਾ ਤੁਹਾਡਾ ਲੋਕ ਸਟਾਕ ਹੋਏ, ਚਾਬੀ ਗੁਆਚ ਜਾਂਦੀ, ਮੰਨ ਲਓ ਬਿਲਕੁਲ ਬੜਾ ਔਖਾ ਹੁੰਦਾ ਜੀ। ਬਿਲਕੁਲ ਬਾਈ ਜੀ, ਹੁਣ ਗੱਲ ਕਰੀਏ ਫਸਟ ਫਲੋਰ ਵੱਲ ਜਾ ਰਹੇ ਹਾਂ। ਹਾਂਜੀ ਪੌੜੀਆਂ ਡਿਜ਼ਾਈਨ ਬਾਈ ਨਾਲ ਨਾਲ ਦਿਖਾਉਂਦਾ, ਉਸ ਤੋਂ ਬਾਅਦ ਇੱਕ ਚੀਜ਼ ਦਿਖਾਉਣੀ ਹੈਗੀ, ਝੂਮਰ ਬਹੁਤ ਸੋਹਣਾ ਲਾਇਆ ਇੱਕ। ਬਿਲਕੁਲ ਜੀ, ਇਹ ਵੀ ਆਪਾਂ ਸਿਲੈਕਸ਼ਨ ਕੀਤੀ ਸੀਗੀ।
ਠੀਕ ਹੈ ਜੀ ਕਈ ਥਾਵਾਂ ਤੇ ਗਏ, ਕਦੇ ਅੰਮ੍ਰਿਤਸਰ ਜਾ ਕਦੇ ਕਦੇ ਆ ਜੀ। ਸਾਨੂੰ ਅਸੀਂ ਦੇਖ ਕੇ ਸਾਨੂੰ ਵਧੀਆ ਲੱਗਿਆ। ਇਹੀ ਇਹਦੇ ਵਿੱਚ 3 ਪੀਸ ਮਿਲੇ ਸੀ ਆਪਾਂ ਨੂੰ, ਠੀਕ ਹੈ ਜੀ, ਤਿੰਨੇ ਆਪਾਂ ਲਾ ਦਿੱਤੇ ਲੈਣ ਕੇ। ਠੀਕ ਹੈ ਜੀ। ਤੇ ਬਈ ਇੱਧਰ ਆਹ ਵਰਸਾਚੇ ਦਾ ਲੋਗੋ ਲਾ ਰੱਖਿਆ। ਹਾਂਜੀ ਬਾਈ, ਇਹ ਸਾਨੂੰ ਮੈਨੂੰ ਬੜੇ ਸ਼ੌਂਕ ਸੀ ਇਹਦਾ। ਠੀਕ ਹੈ ਤੇ ਜੀ। ਥੋੜ੍ਹਾ ਜਿਹਾ ਤਾਂ ਛੋਟੀਆਂ ਮਿਲਦੀਆਂ, ਪਰ ਆਪਾਂ ਨੂੰ ਫੁੱਲ ਸਾਈਜ਼ ਫੋਟੋ ਮਿਲ ਗਈ ਜੀ। ਇਹ ਫੁੱਲ ਸਾਈਜ਼ ਬਈ ਇਹ ਕੀ ਟਾਇਲ 'ਚ ਲੱਗਿਆ ਜਾਂ ਕਾਹਦੇ ਵਿੱਚ ਇਹ ਬਾਈ ਲੱਗਿਆ? ਟਾਇਲ ਆ ਜੀ। ਅੱਛਾ, ਦੋਨੇ ਸਾਈਡ ਤੇ ਲੱਗਿਆ? ਦੋਨੇ ਥੱਲੇ ਟਾਇਲ। ਹਾਂਜੀ ਠੀਕ ਹੈ ਜੀ। ਤੇ ਉੱਪਰ ਬਾਈ ਤੁਸੀਂ ਨਾ ਨੋਟ ਕਰਿਓ, ਵਾਲਪੇਪਰ ਦੇਖੋ ਕਿੱਦਾਂ ਉਹਦੀ ਕੀ ਬਾਤ ਹੈ ਜੀ। ਇਹ ਤਾਂ ਲੱਗਦਾ ਵਿੱਚੋਂ ਬਾਹਰੋਂ ਨਿਕਲਦਾ, ਬਾਹਰੋਂ ਨਿਕਲਦਾ ਗਾ। ਹਾਂਜੀ, ਜਿਵੇਂ ਕੋਈ ਲੱਕੜ ਦਾ ਕੰਮ ਕੀਤਾ ਹੁੰਦਾ ਐਂ ਖੜੀ ਹੁੰਦੀ ਲੱਕੜ, ਹੈ ਨਾ? ਹਾਂਜੀ ਹਾਂਜੀ, ਉਸ ਤਰੀਕੇ ਨਾਲ ਲੱਗਦਾ ਗਾ। ਬਾਈ ਜੀ, ਜੇ ਗੱਲ ਕਰੀਏ ਫਸਟ ਫਲੋਰ ਤੇ ਕੀ ਪਲਾਨ ਹੈ? ਹਾਂਜੀ ਬਾਈ, 3 ਬੈਡਰੂਮ ਹੈ, 1 ਜਿਮ ਆ ਜੀ, ਇੱਧਰ ਬੇਟੀ ਰੂਮ ਆ, ਠੀਕ ਹੈ, ਬੇਟੇ ਰੂਮ ਹੈ, ਉੱਧਰ ਮਾਸਟਰ ਬੈਡਰੂਮ ਹੈ। ਠੀਕ ਹੈ ਜੀ। ਸਭ ਤੋਂ ਪਹਿਲਾਂ ਕਰਮ ਵਾਲੀ ਕਹਿੰਦੇ ਬੇਟੀ, ਤੁਸੀਂ ਕਿਹਾ ਸੀ ਵੀ ਜਦੋਂ ਦੀ ਮੇਰੀ ਬੇਟੀ ਆ ਵੀ ਉਦੋਂ ਦੀ ਰੱਬ ਨੇ ਕਹਿੰਦਾ ਰੰਗ ਭਾਗ ਲਾਏ ਨੇ, ਤੇ ਬੇਟੀ ਤੇ ਰੱਬ ਕਹਿੰਦਾ ਇਕੱਠੇ ਮਿਲਿਆ ਤੇ, ਹੈ ਨਾ ਜੀ? ਇੱਕ ਜਿਹੜਾ ਤੋਂ ਫੋਟੋ ਵੀ ਲੱਗ ਗਈ। ਬਿਲਕੁਲ ਜੀ, ਬਿਲਕੁਲ। ਤੇ ਬੇਟੀ ਤਾਂ ਹੁੰਦੀ ਰੱਬ ਦੇ ਰੂਪ ਹੁੰਦੇ ਆ ਜੀ ਜੀ, ਸਾਨੂੰ ਤਾਂ ਮਿਲਿਆ ਜੋ ਵੀ, ਮੈਂ ਤਾਂ ਕਹਿੰਦਾ ਜਦੋਂ ਦੀ ਆਈ ਹੈ ਸਾਡਾ ਲੱਕ ਹੀ ਚੇਂਜ ਹੋ ਗਿਆ। ਠੀਕ ਹੈ ਜੀ। ਹਾਂਜੀ, ਤੇ ਲਓ ਜੀ, ਪਹਿਲਾਂ ਤਾਂ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਮੱਥਾ ਟੇਕ ਕੇ ਚੱਲਦੇ ਹਾਂ ਰੂਮ ਦੇ ਵਿੱਚ। ਜੇ ਹੁਣ ਗੱਲ ਕਰੀਏ ਵੀ ਗੁੜੀਆ ਦਾ ਰੂਮ ਜਿਵੇਂ ਪਿੰਕ ਕਲਰ, ਚਲੋ ਬੱਚਿਆਂ ਲਈ ਹੁੰਦਾ, ਤੇ ਇਹਦੇ ਵਿੱਚ ਇੱਕ ਬਾਈ ਨੇ ਖਾਸ ਚੀਜ਼ ਮੈਨੂੰ ਹੋਰ ਦੱਸੀ ਸੀ, ਸਾਰਾ ਰੂਮ ਜਿਹੜਾ ਡਿਜ਼ਾਇਨ ਕੀਤਾ ਹੈ, ਜੋ ਚੀਜ਼ਾਂ ਲੱਗੀਆਂ, ਫਲੈਕਸ ਲੱਗੀ ਹੈ, ਕੋਈ ਵੀ ਵਾਲਪੇਪਰ ਲੱਗਿਆ, ਮਤਲਬ ਜੋ ਵੀ ਬੈੱਡ ਦਾ ਕਲਰ, ਉਹ ਸਾਰਾ ਗੁੜੀਆ ਨੇ ਚੂਜ਼ ਕੀਤਾ। ਬਿਲਕੁਲ ਜੀ, ਠੀਕ ਹੈ ਜੀ। ਹਾਂਜੀ, ਲਾਈਟਾਂ ਹੋਈਆਂ, ਉਦੋਂ ਆਏ ਸੀਗੇ, ਉਹ ਕਹਿੰਦੇ ਲਾਈਟਾਂ ਤਾਂ ਦੇਖਣੀਆਂ, 2 ਸਾਲ ਪਹਿਲਾਂ ਦਾ ਸੀਗਾ ਪ੍ਰੋਜੈਕਟ, ਉਦੋਂ ਇਕੱਠਾ ਕਰ ਲਿਆ ਸੀ ਆਪਾਂ। ਠੀਕ ਹੈ ਜੀ। ਹਾਂਜੀ, ਇਕੱਠਾ ਕਰਕੇ ਉਹ ਮੁੜ ਕੇ ਉਹ ਹੌਲੀ ਹੌਲੀ ਲਾਈ ਗਈ ਸਾਡੇ ਕੋਲ, ਫਿਰ ਇੱਦਾਂ ਆਉਣਾ ਆ, 1 ਮਹੀਨੇ ਲਈ ਆਏ ਹਾਂ, ਫਿਰ ਮੁੜਨਾ ਪੈਂਦਾ। ਅਤੇ ਜਿਹੜਾ ਆਪਣਾ ਸਖਰਾਜ ਸਿੰਘ ਆ, ਉਹਨੇ ਵਿਚਾਰੇ ਨੇ ਫਿਰ ਬੜਾ, ਉਹਨੂੰ ਕਨਫਿਊਜ਼ਿੰਗ ਹੁੰਦੀ ਕਿੱਥੇ ਕਿਹੜੀ ਚੀਜ਼ ਲੱਗਣੀ, ਕਿਤਾ ਭੁੱਲ ਜਾਂਦਾ ਸੀ। ਠੀਕ ਹੈ ਜੀ। ਪਰ ਜੇ ਗੱਲ ਕਰੀਏ ਹੈ ਨਾ ਬਾਈ, ਇਹਦੇ ਵਿੱਚ ਵਾਸ਼ਰੂਮ ਅਤੇ ਵਾਸ਼ਰੂਮ ਅਤੇ ਇੱਧਰ ਵਾਲਡਰੋਪ। ਠੀਕ ਹੈ ਜੀ। ਬਾਹਰ ਵੀ ਬਈ ਹੁਣ ਟਾਈਲਾਂ ਦੀ ਗੱਲ ਕਰੀਏ, ਸਾਰੇ ਘਰ ਚ ਮਾਰਬਲ ਲੱਗਿਆ, ਟਾਈਲ ਲੱਗੀ ਹੈ, ਕਿੱਥੋਂ ਲੱਗੀ ਆ, ਕਿਹੜੇ ਬ੍ਰਾਂਡ ਦੀ ਲੱਗੀ ਆ? ਭਾਜੀ ਹੁਣ ਮੈਨੂੰ ਇੰਨਾ ਤੁਹਾਨੂੰ ਇਹ ਨਹੀਂ ਪਤਾ ਬ੍ਰਾਂਡ ਕਿਹੜਾ ਹੈ, ਪਰ ਇਹ ਸ਼੍ਰੀ ਆਪਣੇ ਹਲਮੰਤ ਤੋਂ ਲਈ ਗ੍ਰਾਂਟ ਸਾਰੀ ਟਾਇਲ ਆਪਾਂ ਗ੍ਰਾਂਟ ਤੋਂ ਇਹ, ਪਰ ਹੈਗੀ ਆ ਰਫ ਐਂਡ ਟਫ, ਠੀਕ ਹੈ, ਕੋਈ ਮਤਲਬ ਕੋਈ ਚੀਜ਼ ਡੈਗ ਵੀ ਜਾਵੇ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ ਆਉਂਦੀ, ਪੂਰੀ ਮਤਲਬ ਮਜ਼ਬੂਤੀ ਵਾਲੀ ਹੈ, ਮਾਰਬਲ ਹੀ ਲੱਗਿਆ ਹੋਇਆ। ਹਾਂਜੀ, ਠੀਕ ਹੈ ਜੀ। ਬਈ ਇਹ ਵੀ ਇੱਕ ਚੀਜ਼ ਮੈਨੂੰ ਵਧੀਆ ਲੱਗੀ, ਹਰ ਰੂਮ ਦੇ ਬਾਹਰ ਆਪਾਂ ਬਾਲਕੋਨੀ ਦਿੱਤੀ ਹੋਈ ਹੈ। ਹਾਂਜੀ, ਫਰੇਮ ਦੇ ਨਾਲ ਹੀ ਉੱਪਰ ਆ, ਵੀ ਇੱਥੇ ਮੀਂਹ ਬਾਰਿਸ਼ ਪੈਂਦਾ ਹੋਵੇ ਭਾਜੀ, ਵਿਊ ਦੇਖਣ ਦਾ ਬੜਾ ਆਨੰਦ ਆਉਂਦਾ ਜੀ, ਕੁਦਰਤ ਨਾਲ ਪਿਆਰ ਬਈ ਤੁਹਾਡਾ ਵੀ ਖਾਸਾ ਲੱਗਦਾ ਬਹੁਤ ਭਾਜੀ, ਇੱਥੇ ਵੀ ਬੂਟੇ ਨੇ ਥੱਲੇ ਵੀ, ਤੇ ਉਹ ਸਾਹਮਣੇ ਲੈ ਰਿਹਾ ਕੀ ਆ, ਉਹ ਵੀ ਆਪਣਾ ਕੁਝ ਤਰ੍ਹਾਂ ਹੀ ਆਪਣਾ, ਉਹ ਵੀ ਪਿਆਰ ਹੀ ਆ ਵੀ, ਉਹ ਜਿੱਦਾਂ ਆਪਾਂ ਨੂੰ ਮੰਗਦੇ ਟ੍ਰੀ ਟ੍ਰੀ ਲਾਈਏ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੈਚੁਰਲ ਆਕਸੀਜਨ ਆਪਾਂ ਨੂੰ ਮਿਲੇ, ਆਪਣੇ ਲੋਕ ਟ੍ਰੀ ਪਟਾਈ ਜਾਂਦੇ ਆ ਬਹੁਤ, ਉਹ ਮਤਲਬ ਇੱਕ ਅਲੱਗ ਫਾਰਮ ਹਾਊਸ ਬਣਾਤਾ, ਇਹ ਫਾਰਮ ਹਾਊਸ ਹੈ ਜੀ। ਹਾਂਜੀ, ਠੀਕ ਹੈ, ਇਹ 'ਚ ਸਾਰੇ 'ਚ ਦਰਖਤ ਲਾ ਕੇ ਵਿਚਾਲੇ ਘਾਹ ਵਗੈਰਾ ਲੱਗਾ। ਹਾਂਜੀ ਹਾਂਜੀ ਹਾਂਜੀ, ਘਾਹ ਨੈਚਰ ਦੇ ਨਾਲ ਆਪਾਂ ਜੁੜਨਾ ਜੀ, ਠੀਕ ਹੈ, ਜਿੰਨਾ ਵੀ ਹੋ ਸਕੇ। ਉਹ ਦੇਖੋ ਨਾ, ਪੇਂਟਿੰਗ ਵੀ ਦੇਖਦੇ ਆ ਤੁਸੀਂ, ਹਾਂਜੀ, ਉਹਦੇ ਵਿੱਚ ਵੀ ਟ੍ਰੀ ਦੀ ਫੀਲਿੰਗ ਆ ਰਹੀ ਹੈ ਨਾ। ਬਿਲਕੁਲ ਜੀ, ਬਿਲਕੁਲ। ਹਾਂਜੀ, ਤੇ ਅੱਜ ਦੋਸਤੋ ਫਿਰ ਦੁਬਾਰੇ ਅੰਦਰ ਲੈ ਚੱਲਦੇ ਕੋਠੀ ਦੇ, ਵੀਡੀਓ ਥੋੜ੍ਹੀ ਜਿਹੀ ਲੰਮੀ ਹੋ ਜਾਣੀ ਆ, ਪਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬਾਈ ਦਾ ਕੰਮ ਕਿਵੇਂ ਲੱਗਿਆ, ਜਿਨ੍ਹਾਂ ਨੇ ਵੀ ਕੰਮ ਕੀਤਾ ਮਿਸਤਰੀਆਂ ਨੇ ਉਹਨਾਂ ਦਾ ਕੰਮ ਕਿਵੇਂ ਲੱਗਿਆ। ਤੇ ਸ਼ੌਂਕ ਜਦੋਂ ਪੂਰਾ ਕਰਨਾ ਕਹਿੰਦੇ ਹੁੰਦੇ ਆ, ਕੋਈ ਚੀਜ਼ ਰਹਿ ਨਾ ਜਾਵੇ, ਤੇ ਆ ਜਾਓ ਵੀ ਆਪਾਂ ਅੰਦਰ ਚੱਲਦੇ ਹਾਂ। ਇੱਥੇ ਵੀ ਇੱਕ ਜਿੱਥੇ ਆਪਾਂ ਬਿਜਲੀ ਦਾ ਬੋਰਡ ਹੁੰਦਾ, ਉੱਥੇ ਬਾਈ ਨੇ ਫੇਰ ਆਪਸ਼ਨ ਦਿੱਤੀ ਹੋਈ ਆ। ਹਾਂਜੀ, ਇੱਥੇ ਵੀ ਭਾਜੀ ਫੇਰ ਹਾਈਡਿੰਗ ਹੋ ਗਿਆ, ਨਹੀਂ ਤਾਂ ਬੁਰੇ ਲੱਗਦੇ ਆ, ਨਹੀਂ ਬੁਰੇ ਲੱਗਦੇ, ਬਿਲਕੁਲ। ਹੁਣ ਇਹ ਆ ਵੀ ਕੋਈ ਚੀਜ਼ ਰੱਖ ਲਓ, ਕੋਈ ਵੀ ਤੁਹਾਡੀ ਵੇਸਟਿੰਗ ਇਹਦੇ ਵਿੱਚ ਰੱਖ ਲਓ। ਠੀਕ ਹੈ ਜੀ। ਇੱਧਰ ਬਾਈ ਇਹ ਰੂਮ ਬਾਈ ਜੀ, ਹਾਂਜੀ, ਇਹ ਬੇਟੇ ਦਾ ਆਪਣਿਆਂ ਦਾ ਰੂਮ ਆ,
ਠੀਕ ਹੈ ਜੀ। ਤੇ ਉਹਨਾਂ ਨੇ ਵੀ ਆਪਦੇ ਹਿਸਾਬ ਨਾਲ ਹੀ ਤਿਆਰ ਕਰਾਇਆ ਬਈ। ਬਿਲਕੁਲ ਜੀ, ਉਹ ਤਾਂ ਬਾਹਲੇ ਜਿੱਦੀ ਹੈ ਜੀ, ਉਹ ਫਿਰ ਬੇਟੀ ਦੇ ਮੁੰਡੇ ਪਿੰਕ ਮਿਲ ਗਈਆਂ, ਮਿਲਦੀਆਂ ਨਹੀਂ ਸੀ, ਠੀਕ ਹੈ ਉਹ ਜੀ। ਲੇਟਣ ਲੱਗ ਪਿਆ, ਕਹਿੰਦਾ ਨਹੀਂ ਬੜੀ ਦੂਰੋਂ ਅਸੀਂ ਮੁਸ਼ਕਿਲ ਨਾਲ ਲੱਭੀਆਂ। ਆਹ ਵਾਲੀ ਲਾਈਟ, ਹਾਂਜੀ ਠੀਕ ਹੈ ਜੀ, ਕਹਿੰਦਾ ਉੱਧਰ ਲੱਗੀਆਂ ਮੈਂ ਵੀ ਅਸੀਂ ਕਿਹਾ ਚੱਲ ਕੋਈ ਨਹੀਂ ਸੈਂਪਲ ਲਾ ਲਾ। ਪਰ ਆਹ ਮੈਮਰੀਜ਼ ਕ੍ਰੀਏਟ ਕੀਤੀਆਂ ਹੋਈਆਂ ਨੇ, ਬਿਲਕੁਲ ਜੀ। ਆਹ ਤੁਸੀਂ ਦੇਖ ਸਕਦੇ ਹੋ, ਦੇਖ ਕੇ ਨਾ ਮਤਲਬ ਐਂ ਲੱਗਦਾ ਬੁਰਸ਼ ਨਾਲ ਉਹ ਰੰਗ ਨਹੀਂ ਮਾਰਿਆ ਹੁੰਦਾ, ਮਾਰਿਆ ਹੁੰਦਾ ਨੈਚੁਰਲ ਜਿਹਾ। ਹਾਂਜੀ, ਤੇ ਮਤਲਬ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਾ। ਤੇ ਆਹ ਵਾਲਪੇਪਰ ਵੀ ਉਹਨੇ ਪਸੰਦ ਕੀਤਾ, ਇਹ ਲੀਵਸ ਕਹਿੰਦਾ ਨੇਚਰ ਦੇ ਨਾਲ ਵਧੀਆ ਲੱਗਦਾ। ਠੀਕ ਹੈ ਜੀ, ਹਾਂਜੀ। ਤੇ ਇਹਦੇ ਵਿੱਚ ਵੀ ਬਾਈ ਬਾਰਡਰੋਬ ਆ ਗਏ ਡ੍ਰੈਸਿੰਗ ਤੇ ਵਾਸ਼ਰੂਮ ਟਾਈਪ। ਹਾਂਜੀ ਹਾਂਜੀ, ਇੱਕ ਵਾਰ ਬਾਈ ਨਿਗਾਹ ਮਰਾ ਦੀ ਵਾਸ਼ਰੂਮ 'ਚ, ਕਿਉਂਕਿ ਕੋਈ ਨਾ ਕੋਈ ਕਿਸੇ ਮਿੱਤਰ ਨੂੰ ਆਈਡੀਆ ਮਿਲ ਜਾਂਦਾ ਵੀ ਬਿਲਕੁਲ ਆਪਾਂ ਵਾਸ਼ਰੂਮ ਇਸ ਤਰੀਕੇ ਨਾਲ ਬਣਾ ਸਕਦੇ ਹਾਂ। ਤੇ ਤੁਸੀਂ ਦੇਖੋ ਟਾਇਲਸ ਦਾ ਵਰਕ ਹੈ ਜਿਹੜਾ ਸਾਰੇ 'ਚ ਵੱਖੋ ਵੱਖਰਾ ਹੈਗਾ, ਤੇ ਕੰਮ ਸੋਹਣਾ ਕੀਤਾ ਮਿਸਤਰੀ ਨੇ ਜਿਹੜੇ ਨੇ ਕੀਤਾ ਟਾਇਲ ਦਾ, ਬਹੁਤ ਜ਼ਿਆਦਾ ਵਧੀਆ ਬਣੀ ਕੀਤਾ ਕੰਮ। ਇੱਧਰ ਦੇਖੋ ਤੁਸੀਂ ਵੈਨਿਟੀ ਆ ਗਈ ਬਹੁਤ ਵਧੀਆ ਤਰੀਕੇ ਨਾਲ, ਜੇ ਕਹਿ ਦਈਏ ਵੀ ਗਲਾਸ ਇਹ ਵੀ ਖੁੱਲਦਾ ਪਏ ਦੇ ਬਿਲਕੁਲ। ਹਾਂਜੀ ਖੁੱਲਦਾ ਜੀ, ਠੀਕ ਹੈ ਜੀ। ਦੇਖੋ ਜੀ ਸਮਾਨ ਰੱਖਣ ਨੂੰ ਪੂਰਾ, ਜੇ ਕਹਿ ਦਈਏ ਇੱਕ ਨੰਬਰ ਕੰਮ ਕੀਤਾ, ਸਾਰਾ ਬਲੈਕ ਇਸ ਦੇ ਵਿੱਚ, ਟਾਇਲ ਸੀਟ ਵੀ ਬਲੈਕ ਰੱਖੀ ਹੈ। ਹਾਂਜੀ, ਉਹ ਬਲੈਕ ਦੇ ਵਿੱਚ ਹੀ ਲੈਣਾ ਸਭ ਕੁਝ। ਇਧਰੋਂ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਰੂਮ ਜਿੱਦਾਂ ਦਾ ਕਹਿੰਦਾ ਵਾਸ਼ਰੂਮ। ਮੈਂ ਕੋਈ ਅਮਰੀਕਾ ਸਾਡੇ ਤੇ ਜਿਹੜੇ ਰੂਮ ਹੀ ਹੁੰਦੇ ਸੀ, ਠੀਕ ਹੈ ਜੀ, ਇਹ ਭਾਵੇਂ ਲੇਟੇ ਇੱਥੇ ਜਿੱਦਾਂ ਮਰਜ਼ੀ ਕਰੀ। ਠੀਕ ਹੈ ਠੀਕ ਹੈ। ਇਸ ਤੋਂ ਬਾਅਦ ਬਾਈ ਜੇ ਗੱਲ ਕਰੀਏ ਹੈ ਨਾ, ਹਾਂਜੀ ਇੱਧਰ ਇਹ ਭਾਈ ਜੈਮਿਆ ਹੈਲਥ ਸਭ ਤੋਂ ਪਹਿਲੇ ਨੰਬਰ 'ਤੇ ਹੈ ਜੀ। ਠੀਕ ਹੈ ਜੀ। ਅਤੇ ਮੇਰਾ ਸੀਗਾ ਵੀ ਆਪਾਂ ਕੋਠੀਆਂ ਬਣਾ ਲਈਆਂ, ਫਿਰ ਆਪਾਂ ਮਸ਼ੀਨ ਨਹੀਂ ਹੁੰਦੀ, ਆਪਣੇ ਸਪੈਸ਼ਲ ਲੇਡੀਜ਼ ਜਾ ਨਹੀਂ ਸਕਦੀਆਂ, ਬਿਲਕੁਲ ਉਹਨਾਂ ਦੇ ਘਰ ਜੈਮ ਬਣਾ ਲਿਆ। ਠੀਕ ਹੈ ਜੀ। ਵੀ ਆਪਾਂ ਇੱਥੇ ਨਹੀਂ ਵੀ ਟਾਈਮ ਪਤਾ, ਟਾਈਮ ਕੱਢ ਲੈਂਦਾ ਪ੍ਰਬੰਧ ਰੱਖਿਆ ਇੱਥੇ। ਹਾਂਜੀ, ਅਤੇ ਹੁਣ ਥੋੜ੍ਹਾ ਥੋੜ੍ਹਾ ਟਾਈਮ ਪਾ ਕੇ, ਸਾਨੂੰ ਟਾਈਮ ਵੀ ਬਹੁਤ ਲਿਮਿਟਡ ਹੁੰਦਾ ਹੈ, ਪਰ ਮਸ਼ੀਨਾਂ ਪਾਵਾਂਗੇ ਅਤੇ ਫਿਰ ਚਲੋ ਕੰਪਲੀਟ ਹੋ ਗਿਆ, ਫਿਰ ਕਰੀਦਾ ਵਿਜਿਟ ਕਰਾਵਾਂਗੇ। ਠੀਕ ਹੈ ਜੀ, ਮਤਲਬ ਜੇ ਕਹਿ ਦਈਏ ਪ੍ਰੋਪਰ ਕੰਪਲੀਟ ਹੋ ਜਾਊਗਾ। ਹਾਂਜੀ, ਇੱਥੋਂ ਵੀ ਫਿਰ ਬਾਲਕਨੀ ਦੀ ਆਪਸ਼ਨ ਦਿੱਤੀ ਬਈ ਆਪਾਂ। ਹਾਂਜੀ ਵੀਰ ਜੀ, ਇੱਥੇ ਬਹਿ ਕੇ ਭਾਅ ਜੀ ਬਹੁਤ ਵਧੀਆ ਆਨੰਦ ਆਉਂਦਾ, ਸ਼ਾਂਤੀ ਮਿਲਦੀ ਪੂਰੀ ਸਰੀਰ। ਠੀਕ ਹੈ, ਭਾਵੇਂ ਤੁਸੀਂ ਯੋਗਾ ਕਰ ਲਓ ਬਹਿ ਕੇ, ਠੀਕ ਹੈ, ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਆਪਣੀ ਇੱਥੇ, ਨਾਲੇ ਉੱਪਰ ਜਾਣਾ ਵੀ ਜਦੋਂ ਠੰਡਾ ਹੋਣੀ ਵਾਲੇ। ਹਾਂਜੀ, ਆ ਜਿਹੜਾ ਗਲਾਸ ਰਾਹੀਂ ਤੋਂ ਪਾਉਣੀ ਹੈ ਨਾ, ਹਾਂਜੀ, ਬੰਦੇ ਨੂੰ ਆਇਆ ਨਿੱਘ ਹੋਣਾ, ਨਿੱਘ ਹੋਣਾ, ਹੁਣ ਆਪਾਂ ਨੂੰ ਗਰਮੀ ਜ਼ਰੂਰ ਲੱਗਦੀ। ਬਿਲਕੁਲ, ਸਿਆਲਾਂ ਨੂੰ ਇਹਦੇ ਬਹੁਤ ਪਲੱਸ ਪਲੱਸ ਬਿਲਕੁਲ ਜੀ। ਅਤੇ ਉੱਪਰ ਜਿਹਾ ਏਰੀਆ ਆ ਗਿਆ, ਅਤੇ ਇੱਧਰ ਵੀ ਲੁੱਕ ਦਿੱਤੀ ਆ, ਉਹ ਵੀ ਦੋਸਤ ਮਿੱਤਰ ਆ ਜਾਂ ਬੰਦਾ ਜਿੰਮ ਲਾ ਕੇ 10 ਮਿੰਟ ਇੱਥੇ ਥੋੜ੍ਹੀ ਮੋਟੀ ਐਕਸਰਸਾਈਜ਼ ਕਰਨੀ, ਇੱਥੇ ਬੈਠਣ ਪੂਰੀ ਵਧੀਆ ਮਤਲਬ ਫੀਲ ਕਰਾਇਆ, ਥੋੜ੍ਹੀ ਪ੍ਰਾਈਵੇਸੀ ਵਧੀਆ ਰੱਖੀ, ਬਾਹਲਾ ਉੱਪਰ ਨਹੀਂ ਰੱਖਿਆ ਮੂਹਰੋਂ ਮਤਲਬ। ਹਾਂਜੀ ਹਾਂਜੀ ਜੀ। ਅਤੇ ਇਹਦਾ ਜਿੱਧਰੋਂ ਪਜਾਨੇ ਭਾਅ ਜੀ, ਆਪਣਾ ਜਿਹੜਾ ਲੋਕ ਵਾਈਜ਼ ਵਿਊ ਜਿਹੜਾ ਸਾਰੇ ਪਾਸੇ ਵਧੀਆ ਆਉਂਦਾ, ਜਦੋਂ ਗੁਰੂ ਘਰ ਆਪਣਾ ਉੱਪਰ ਚੜ੍ਹਦੇ ਹਾਂ ਗੁਰੂ ਘਰ ਮੱਥੇ ਲੱਗਦਾ। ਠੀਕ ਹੈ ਜੀ, ਇੱਧਰੋਂ ਆਪਾਂ ਇੱਧਰੋਂ ਜਾਂਦੇ ਤਾਂ ਇੱਧਰ ਨਾਲ ਹੀ ਗੁਰੂ ਘਰ ਇਹ ਵੀ ਮੱਥੇ ਲੱਗਦਾ। ਠੀਕ ਹੈ, ਇਹ ਬਹੁਤ ਵਧੀਆ ਪਲੱਸ ਪੁਆਇੰਟ ਆਪਣਾ ਜੀ ਬਾਈ। ਅਤੇ ਆ ਜਾਓ ਬਾਈ ਫਿਰ ਅੱਗੇ ਚੱਲਦੇ ਹਾਂ, ਹੁਣ ਬਾਈ ਦਾ ਰੂਮ ਦਿਖਾਵਾਂਗੇ, ਅਤੇ ਉਹ 'ਚ ਵੀ ਚਿਬਕੰਡੇ ਪੈ ਜਾਵੇ। ਹਾਂ ਜੀ, ਆਪਣਾ ਥੋੜ੍ਹਾ ਐਕਸਟਰਾ ਸੀ ਰੂਮ, ਮੈਂ ਕਿਹਾ ਚਲੋ ਇੱਥੇ ਪ੍ਰੈਸ ਕਰਨ ਲਈ ਆਪਾਂ ਬਣਾ ਲਈਏ। ਠੀਕ ਹੈ ਜੀ, ਲੇਡੀਜ਼ ਲਈ ਫਿਰ ਉਹਨਾਂ ਨੂੰ ਸਹੂਲਤ, ਪੱਖੇ ਦੀ, ਲਾਈਟ ਦੀ, ਦੇ ਦਿੱਤੀ ਵਿੱਚ, ਮਤਲਬ ਕੋਈ ਵੀ ਸਪੇਸ ਜਿਹੜੀ ਹੈਗੀ ਉਹਨੂੰ ਸਹੀ ਤਰੀਕੇ ਨਾਲ ਵਰਤਿਆ ਵਰਤਿਆ। ਹਾਂਜੀ ਠੀਕ ਹੈ ਜੀ। ਅਤੇ ਇੱਧਰ ਬਾਈ ਫਿਰ, ਹਾਂਜੀ ਇਹ ਭਾਅ ਜੀ ਇੱਦਾਂ ਆ ਵੀ ਮੰਨ ਲਓ ਕੋਈ ਆ ਨਹੀਂ ਸਕਦਾ, ਪੂਰੀ ਸਿਕਿਉਰਿਟੀ ਹੈ, ਇਹਨੂੰ ਭਾਵੇਂ ਫੋਨ ਨਾ ਖੋਲੋ, ਜਾਂ ਤੁਸੀਂ ਨੰਬਰ ਲਾ ਲਓ, ਜਾਂ ਇਹਦੇ ਚੈੱਪ ਪਾ ਲਓ, ਜਾਂ ਤੁਸੀਂ ਫਿੰਗਰ ਪ੍ਰਿੰਟ ਲਾ ਲਓ। ਖੋਲਿਓ ਬਾਈ ਹੁਣ ਫਿਰ ਫਿੰਗਰ ਪ੍ਰਿੰਟ ਨਾਲ ਹੀ ਖੋਲ ਦਈਏ, ਕਿਉਂਕਿ ਲੇਟੈਸਟ ਟੈਕਨੋਲੋਜੀਆਂ ਬਾਈ ਨੇ ਸਾਰੀਆਂ ਵਰਤੀਆਂ ਨੇ। ਅਤੇ ਹੁਣ ਬਾਈ ਦਾ ਵੀ ਸ਼ੌਂਕ, ਜਿਨ੍ਹਾਂ ਨੇ ਸਾਰੀ ਕੋਠੀ ਤਿਆਰ ਕੀਤੀ ਆ, ਤਾਂ ਉਹਨਾਂ ਦਾ ਵੀ ਸ਼ੌਂਕ ਦੇਖ ਲਈ ਵੀ ਰੂਮ ਕਿਵੇਂ ਬਣਾਇਆ ਬਾਈ ਨੇ। ਬਾਈ ਤੁਸੀਂ ਕੀ ਥੀਮ ਰੱਖਿਆ, ਬੱਚਿਆਂ ਦਾ ਚਲੋ ਆਪਦੇ ਕਲਰ ਚੂਜ਼ ਕਰ ਲਏ, ਤੁਸੀਂ ਆਪਣੇ ਬੈਡਰੂਮ ਦੇ ਵਿੱਚ ਕੀ ਕੀ ਚੀਜ਼ਾਂ ਦਾ ਖਾਸ ਕਰਨ ਦੀ ਕੋਸ਼ਿਸ਼? ਹਾਂਜੀ ਭਾਅ ਜੀ, ਇਹ ਬੈੱਡ ਸੀਗਾ, ਇਹ ਅਮਰੀਕਾ ਦੇ ਵਾਂਗੇ, ਇਹ ਹੈਗਾ ਆਪਣੇ, ਕੀ ਬਾਤ ਹੈ ਜੀ ਭਾਅ ਜੀ, ਸਪੈਸ਼ਲੀ ਇੱਕ ਦਾ ਹੋਰ ਸੀਗੀ, ਜਿਹੜੇ ਟੌਪ ਆ ਨਾ ਇਹ ਅਮਰੀਕਾ ਤੋਂ ਲਿਆਂਦੇ ਸੀ। ਠੀਕ ਹੈ, ਹਾਂਜੀ ਇਹਨੂੰ ਟੈਂਪਾ ਪੀਡੇ ਕਹਿੰਦੇ ਆ, ਬਾਹਰੋਂ ਲਿਆਂਦੇ ਆਪਾਂ। ਠੀਕ ਹੈ ਜੀ, ਬੈਠੋਗੇ ਤਾਂ ਇਹਦਾ ਟਾਪਰ ਆ ਜੀ ਆਹ। ਠੀਕ ਹੈ ਜੀ, ਹਾਂਜੀ ਇਹ ਆਪਣੇ ਬਹੁਤ ਇੱਥੇ ਤੋਂ ਆਉਂਦੇ ਆ ਨਾ ਬੱਚੇ, ਥੋੜ੍ਹੇ
ਉਹ ਇਹਦੇ ਜਿਹੜੇ ਮੈਟਰਸ ਹੁੰਦੇ ਥੋੜ੍ਹੇ ਹਾਰਡ ਹੁੰਦੇ ਆ ਠੀਕ ਹੈ, ਅਤੇ ਥੋੜ੍ਹੇ ਸੌਫਟ, ਇਹ ਹੈਗਾ ਕਿੰਗ ਸਾਈਜ਼ ਆ, ਠੀਕ ਹੈ ਜੀ, ਅਤੇ ਇੱਥੇ ਕਿੰਗ ਸਾਈਜ਼ ਬਣਦੇ ਨਹੀਂ ਹੈਗੇ, ਇੱਥੇ ਘੱਟ ਬਣਦੇ, ਹਾਂਜੀ ਇੱਥੇ ਇੰਡੀਅਨ ਸਟੈਂਡਰਡ ਸਾਈਜ਼ ਹੁੰਦਾ, ਠੀਕ ਹੈ ਕਿੰਗ ਜੀ, ਸਾਈਜ਼ ਬਣਾਇਆ, ਫਿਰ ਇਹਦੇ ਮੈਟਰਸ ਵੀ ਸਪੈਸ਼ਲ ਬਣਾਇਆ, ਅਤੇ ਠੀਕ ਹੈ ਜੀ, ਉੱਥੇ ਤਾਂ ਮੈਟਰਸ ਕਿੰਗ ਸਾਈਜ਼ ਆਮ ਮਿਲ ਜਾਂਦੇ ਆ, ਬਿਲਕੁਲ ਜੀ, ਅਤੇ ਇੱਧਰ ਇੱਥੇ, ਬਾਈ ਜੀ, ਹਾਂਜੀ ਇਹ ਆਪਣਾ ਜਿੱਦਾਂ ਤੁਸੀਂ ਇੱਥੇ ਬਹਿ ਕੇ ਚਿੱਲ ਚੁੱਲ ਕਰਨੀ ਤੁਸੀਂ ਆਪਣੀ ਬਾਰ ਆ ਆਪਣੀ, ਇਹ ਵੀ ਛੋਟੀ ਵੀ, ਇਹਦੇ ਵਿੱਚ ਠੀਕ ਹੈ, ਵਾਈਨ ਰੱਖ ਲਓ, ਬੀਰਾਂ ਰੱਖ ਲਓ, ਜੋ ਮਰਜ਼ੀ ਰੱਖ ਲਓ, ਟੈਂਪਰੇਚਰ ਇਹ ਕੰਟਰੋਲ ਬਾਈ ਕਰਦੀ ਆ, ਮਤਲਬ ਇਹ ਸਾਰਿਆਂ ਦਾ ਟੈਂਪਰੇਚਰ ਅਲੱਗ ਅਲੱਗ ਰਹਿੰਦਾ, ਅਲੱਗ ਅਲੱਗ, ਹਾਂਜੀ ਠੀਕ ਇਹਦਾ ਹੈ ਜੀ, ਉੱਪਲਾ ਹੋਰ ਹੈ ਉਹਦਾ ਤੁਸੀਂ ਸੈਟਿੰਗ ਕਰ ਸਕਦੇ ਜਿਹੜੀ ਵੀ ਤੁਸੀਂ ਕਰਨੀ, ਠੀਕ ਹੈ ਜੀ, ਖਾਣ ਪੀਣ ਲਈ ਮਤਲਬ ਮੈਂ ਕਹਿੰਦਾ ਸ਼ੌਕੀਨ ਇਹੋ ਜਿਹੀ ਚੀਜ਼ ਤਾਂ ਜ਼ਰੂਰ ਰੱਖਣ ਲੱਗੇ, ਬਿਲਕੁਲ ਜੀ, ਕਿਹੜੇ ਬ੍ਰਾਂਡ ਦੀ ਹੈ, ਕੈਫ ਦੀ ਹੈ ਨਾ, ਹਾਂਜੀ ਕੈਫ ਦੀ ਹੈ ਜੀ, ਇਹ ਚੇਅਰਸ ਆ ਗਈਆਂ, ਇਹ ਵੀ ਬਹੁਤ ਜਨੀਕ ਜਿਹੀਆਂ ਬਣਾਈਆਂ, ਇਹ ਜਨੀਕ, ਹਾਂਜੀ ਭਾਅ ਜੀ, ਇਹ ਤੇ ਆਪਾਂ ਸੀਗਾ ਬਹਿ ਜਾਓ, ਮਤਲਬ ਰਾਜਾ ਨੇ, ਹਾਂਜੀ ਇਹ ਆਪਾਂ ਇੱਦਾਂ ਹੁਣ ਇੱਥੇ ਬੈਠੇ ਹਾਂ, ਬੰਦਾ ਚਾਹ ਚੂ ਸਵੇਰ ਨੂੰ ਮੋਰਨਿੰਗ ਦਾ ਮਰਜ਼ੀ ਬੈਠੇ, ਜਿੱਦਾਂ ਬੈਡ ਤੇ ਬੰਦਾ ਥੋੜ੍ਹਾ ਜਿਹਾ ਹੁੰਦਾ ਅਨਕੰਫਰਟੇਬਲ, ਇੱਥੇ ਅੱਗੇ ਬਾਹਰਲੇ ਖਾਸ ਕਰਕੇ ਕੰਮ ਜ਼ਿਆਦਾ ਕਰਨ ਕਰਕੇ ਪੈਣਾ ਵੀ ਘੱਟ ਪਸੰਦ ਕਰਦੇ, ਵੀ ਨਾਲ ਨਾਲ ਫਿਰ ਆਲਸੀ ਨਾ ਹੋ ਜੀ, ਬਿਲਕੁਲ ਬਿਲਕੁਲ ਜੀ, ਇਹ ਵੀ ਸਾਰਾ ਆਟੋਮੇਸ਼ਨ ਹੈ, ਇੱਥੇ ਬਹਿ ਕੇ ਫੋਨ ਤੋਂ ਤੁਸੀਂ ਏਸੀ ਔਨ ਕਰ ਲਓ, ਜੋ ਵੀ ਕਰਨਾ ਤੁਸੀਂ ਕਰ ਸਕਦੇ ਹੋ ਜੀ, ਠੀਕ ਹੈ ਬਾਈ ਜੀ, ਹਾਂਜੀ, ਤੇ ਬਾਈ ਆ ਜਾਓ ਫਿਰ ਵਾਸ਼ਰੂਮ ਵਾਲੇ ਪਾਸੇ, ਹਾਂਜੀ, ਤੇ ਡਰੈਸਿੰਗ ਦਿਖਾ ਦਈਏ ਬਾਈ, ਅੱਗੇ ਆ ਜਾਓ ਤੁਸੀਂ, ਦਿਖਾਈ ਚੱਲੋ ਅੱਗੇ ਬਾਈ, ਦੱਸੀ ਚੱਲੋ, ਹਾਂਜੀ ਬਾਈ, ਪਹਿਲਾਂ ਕੱਪੜ ਦੀ ਗੱਲ ਕਰੀਏ, ਇਹ ਵੀ ਭਾਈ ਆਪਣੇ ਪੰਚਕੁਲੇ ਤੋਂ ਲਏ ਸੀਗੇ, ਠੀਕ ਹੈ ਜੀ, ਇਹ ਹੈਗੇ ਆ ਡਿਕੋ ਦੇ ਵਿੱਚ ਬਣੇ ਹੋਏ ਆ, ਜਿਹੜੀ ਕਿਚਨ ਆ ਉਹ ਅਸੀਂ ਬ੍ਰਾਂਡ ਦੇ ਆ, ਠੀਕ ਹੈ ਜੀ, ਹਾਂਜੀ ਬਹੁਤ ਸੋਹਣੀ ਹੈ ਨਾ, ਸਾਫ਼ ਸੁਥਰਾ, ਹਾਂਜੀ, ਅਤੇ ਨਾਲ ਹੀ ਲਾਈਟ ਚੱਲ ਪੈਂਦੀ ਹੈ ਜੀ, ਜੀ, ਅਤੇ ਇੱਧਰ ਗਲਾਸ ਲਾਇਆ ਹੋਏਗਾ, ਹਾਂਜੀ ਇਹ ਡਰੈਸ ਆ, ਹਾਂਜੀ ਤਿਆਰ ਤੁਰ ਹੋਣਾ, ਹਾਂਜੀ ਪੂਰੇ ਸ਼ੌਕ ਨਾਲ ਕਹਿੰਦਾ ਹੁੰਦਾ ਇੱਥੋਂ ਨਾ ਜਾਈਏ, ਹਾਂਜੀ ਇੱਥੋਂ ਜਾਈਏ ਜੀ, ਵਾਸ਼ਰੂਮ ਮਿਲਣਾ ਤਾਂ ਵੀ ਤੁਸੀਂ ਬੇਟੇ ਨਾਲੋਂ ਵੀ ਫਿਰ ਵੱਡਾ ਕਰ ਲਿਆ, ਇਹ ਫਿਰ ਥੋੜ੍ਹਾ ਜਿਹਾ, ਹਾਂਜੀ ਇਹ ਮੇਰੇ ਸ਼ੌਂਕ ਸੀਗੇ ਵੀ ਇੱਥੇ ਹੁਣ ਪੂਰਾ ਮਤਲਬ ਥੱਕਿਆ ਹੋਵੇ ਭਾਅ ਜੀ, ਆਣ ਕੇ ਗਰਮ ਪਾਣੀ ਛੱਡੋ, ਵਿੱਚ ਲੜ ਜਾਓ, ਬਿਲਕੁਲ ਬਾਅਦ ਤੁਸੀਂ ਐਨ ਫਰੈਸ਼ ਹੋ ਕੇ ਨਿਕਲੋਗੇ, ਕਿਆ ਬਾਤ ਹੈ ਜੀ, ਬਾਥਟਬ ਪੂਰਾ ਵੱਡਾ, ਅਤੇ ਇੱਧਰ ਬਾਈ ਇਹ ਭਾਈ, ਹਾਂਜੀ ਇਹ ਭਾਈ ਬਾਡੀ ਜੈਟ ਸ਼ਾਵਰ ਹੈ ਜੀ, ਉੱਪਰੋਂ ਵੀ ਰੇਨਫੋਲ ਮਿਨਸਟ, ਅਤੇ ਇੱਕ ਹੋਰ ਆਪਸ਼ਨ ਉਹਦੇ, ਤਿੰਨ ਆਪਸ਼ਨ, ਤਿੰਨ ਤੋਂ ਪੰਜ ਆਪਸ਼ਨ ਵਾਲਾ ਉਹ ਚੀਜ਼ ਲਵਾਈ ਆ, ਬਿਲਕੁਲ ਤਿੰਨ ਤੋਂ ਪੰਜ, ਪੰਜ ਸਾਰੇ ਛੱਡ, ਜਿਵੇਂ ਗੱਡੀ ਧੋਣਾ ਉਹਨਾਂ ਨਾ ਬੰਦੇ ਦਾ ਐਂ ਪ੍ਰੈਸ਼ਰ ਵੱਜਦਾ, ਬਿਲਕੁਲ ਬਿਲਕੁਲ ਜੀ, ਅਤੇ ਗੋਲਡ ਅਤੇ ਬਲੈਕ ਦੀ ਤੁਸੀਂ ਆਪਸ਼ਨ ਰੱਖੀ, ਹਾਂਜੀ ਠੀਕ ਹੈ ਜੀ, ਤਾਂ ਦੇਖ ਸਕਦੇ ਹੋ ਤੁਸੀਂ ਇੱਧਰੋਂ, ਆਹ ਵੀ ਚੀਜ਼ ਇੱਕ ਬਹੁਤ ਜਲੀਕ ਆ ਬਾਈ ਨੇ, ਟੈਪ ਦਾ ਤੁਸੀਂ ਦੇਖੋ ਟੈਪ 'ਤੇ ਕਿੰਨਾ ਸੋਹਣਾ, ਜੇ ਗਲਾਸ ਦਾ ਜੋ ਕੰਮ ਹੋਇਆਗਾ, ਬਿਲਕੁਲ ਸਾਫ਼ ਕਰਨਾ ਵੀ ਸੌਖਾ, ਅਤੇ ਇਹਨੂੰ ਹੋਣਾ ਵੀ ਕੁਛ ਨਹੀਂ, ਹੋਣਾ ਵੀ ਕੁਛ ਨਹੀਂ, ਹਾਂਜੀ ਬਿਲਕੁਲ ਜੀ, ਬਹੁਤ ਇਹ ਜਲੀਕ ਪੀਸ ਸੀਗੇ, ਆਹ ਵੀ ਦਿਖਾ ਦਿਓ ਬਾਈ ਜੀ, ਇਹ ਤਾਂ ਬਾਈ ਹੌਲੀ ਹੌਲੀ ਆਈਡੀਆ ਆਈ ਗਏ, ਜਿੱਦਾਂ ਸਾਡੇ ਕੋਲ ਟਾਈਮ ਸੀਗਾ ਉੱਥੇ ਬੈਠੇ ਸਰਚ ਕਰੀ ਜਾਣਾ ਗੂਗਲ 'ਤੇ ਕਿਹੜੀ ਚੀਜ਼ ਕਿੱਥੇ ਵਧੀਆ ਲੱਗੂਗੀ, ਗੂਗਲ ਬਾਬਾ ਤੁਹਾਨੂੰ ਪਤਾ ਅੱਜ ਕੱਲ੍ਹ ਹਰੇਕ ਚੀਜ਼ ਸਾਰੀ ਚੀਜ਼ ਮਿਲ ਜਾਂਦੀ, ਹਾਂਜੀ ਬਿਲਕੁਲ, ਇੱਧਰ ਵੀ ਗਲਾਸ ਲਾਇਆ, ਇੱਧਰ ਨਾਲੇ ਸਮਾਨ ਰੱਖ ਸਕਦੇ ਨਾਲੇ ਗਲਾਸ ਦੇ ਆਪਸ਼ਨ, ਹਾਂਜੀ ਪਰ ਗੇਟ ਵਾਲਾ ਵੀ ਆਪਾਂ ਖਾਲੀ ਨਹੀਂ ਛੱਡਿਆ ਹੈ ਨਾ, ਬਿਲਕੁਲ ਜੀ, ਪਰ ਹਰ ਇੱਕ ਚੀਜ਼ 'ਤੇ ਮਤਲਬ ਜੇ ਕਹਿ ਦਈਏ ਇੱਕ 5-star ਹੋਟਲ ਤੋਂ ਵੀ ਕਿਤੇ ਜ਼ਿਆਦਾ ਸਹੂਲਤਾਂ ਮਤਲਬ ਆਪਾਂ ਨੂੰ ਮਿਲਣਗੀਆਂ, ਜੇ ਭਾਈ ਟਰਾਈ ਤਾਂ ਇਹ ਕੀਤੀ, ਕੱਲ੍ਹ ਨੂੰ ਆਪਣੀ ਕੋਠੀ ਦੇਖੋਗੇ ਮਤਲਬ 10-20 ਬੰਦੇ ਜੁੜੂਗੇ, ਬਿਲਕੁਲ ਹੁੰਦਾ ਆ, ਹਰੇਕ ਨੂੰ ਹੁੰਦਾ ਵੀ ਮੈਸੀ ਵੀ ਬਣਾਈਏ, ਬਿਲਕੁਲ, ਅਤੇ ਮੈਂ ਤਾਂ ਇਹੀ ਟਰਾਈ ਕਰਦਾ ਨਾ ਵੀ ਆਪਣੇ ਫਰੈਂਡਾਂ ਨੂੰ ਵੀ ਇੱਥੇ ਆਓ, ਫੈਮਿਲੀ ਨੂੰ ਟਾਈਮ ਕਰ ਦਿਓ, ਚੱਲ ਜਾਂਦੇ ਮੁੜ ਕੇ ਆਉਂਦੇ ਨਹੀਂ ਭਾਜੀ, ਗੱਲ ਪਤਾ ਨਹੀਂ ਕੀ ਗੱਲ ਆ, ਉੱਧਰ ਹੀ ਅਡਾਪਟ ਕਰ ਲੈਂਦੇ ਆਪਣਾ, ਹਨਾ ਉਹ ਕਹਿੰਦੇ ਹੁੰਦੇ ਨਾ ਵੀ ਜਿਹੜਾ ਲਾਲਚ ਵਾਲਾ ਕੀੜਾ ਗਾ, ਹਾਂਜੀ ਉਹ ਐਂ ਹੁੰਦਾ ਵੀ ਐਂ ਕਮਾਈ ਚੱਲੇ ਸਾਰੀ ਉਮਰ, ਬਿਲਕੁਲ, ਪਰ ਮੈਂ ਕਹਿਣਾ ਵੀ ਕੁਛ ਨਾ ਕੁਛ ਟਾਈਮ ਚਲੋ ਨਾ ਵਾਲਾ ਬੜਾ ਪਤਾ ਇੱਥੇ ਟਪਾਓ ਘੱਟੋ ਘੱਟ, ਬਿਲਕੁਲ ਬਿਲਕੁਲ ਜੀ, ਕਿਉਂਕਿ ਹਰ ਇੱਕ ਸਹੂਲਤ ਇੱਥੇ ਆਪਾਂ ਅਰੇਂਜ ਕਰ ਸਕਦੇ ਜਦੋਂ ਪੈਸਾ ਕਮਾਉਣੇ ਹੈਗੇ, ਬਿਲਕੁਲ ਜੀ, ਇਹ ਆਪਣੀ ਗੁਰੂਆਂ ਦੀ ਧਰਤੀ ਆ, ਲੋਕੀ ਜਾਈ ਜਾਂਦੇ, ਮੈਨੂੰ ਤਾਂ ਲੱਗਦਾ ਹੁੰਦਾ ਕਦੇ ਇੱਥੇ ਵੀ ਹੁਣ ਬਈ ਇਹਨਾਂ ਰਾਜ ਕਰਨਾ ਜੀ, ਆਪਾਂ ਪੰਜਾਬੀ ਤਾਂ ਜਾਈ ਜਾਂਦੇ ਸਾਰੇ, ਫਿਰ ਬਾਅਦ ਚ ਰੌਲਾ ਪਾਉਣੇ, ਫਿਰ ਰੌਲਾ ਪਾਉਣਾ, ਫਿਰ ਇਹਦਾ ਵੇਲਾ ਲੰਘ ਜਾਂਦਾ, ਫਿਰ ਆਪਣੇ ਪੰਜਾਬੀ ਜਾਗ ਜਾਂਦੇ ਆ, ਜਾਗ ਜਾਂਦੇ, ਹਾਂਜੀ, ਪਰ ਹੁਣ ਇੱਕ ਟਾਈਮ ਹੈ, ਅਸੀਂ ਵੀ ਆਪਦੇ ਚੈਨਲ ਵੱਲੋਂ ਬੇਨਤੀ ਕਰਦੇ ਹਾਂ ਦੋਸਤੋ, ਜਿਹੜੇ ਵਧੀਆ ਤੁਸੀਂ ਉੱਥੇ ਕਮਾਈ ਕਰਦੇ ਹੋ ਨਾ,
ਕੁਛ ਨਾ ਕੁਛ ਇਨਵੈਸਟ ਇੱਥੇ ਜ਼ਰੂਰ ਜ਼ਰੂਰ ਕਰੋ। ਘਰ ਪਾਲੋ, ਨਹੀਂ ਫਾਰਮ ਹਾਊਸ ਪਾਲੋ, ਦੋ ਚਾਰ ਰੂਮ ਵਾਲਾ ਖੇਤਾਂ 'ਚ ਪਾਲੋ, ਹਾਂਜੀ ਜ਼ਮੀਨ ਲੈ ਲਓ, ਪਰ ਇੱਥੇ ਲਓ, ਬੱਚੇ ਲੈ ਕੇ ਆਓ, ਬੱਚਿਆਂ ਨੂੰ ਭਾਜੀ ਦਿਖਾਓ, ਬਹੁਤ ਕੁਛ ਚੀਜ਼ਾਂ ਬਣ ਗਈਆਂ ਇੰਡੀਆ ਦੇ ਵਿੱਚ। ਹੁਣ ਤੁਹਾਡੇ ਬੱਚੇ ਜਿਵੇਂ ਗੱਲ ਕਰੀਏ ਆਉਂਦੇ ਆ, ਹਾਂਜੀ ਜੀ ਲੱਗਦਾ ਉਹਨਾਂ ਪੂਰਾ ਜੀ ਪੂਰਾ ਠੀਕ ਜਾਂਦੇ ਨਹੀਂ ਹੈਗੇ, ਠੀਕ ਉਹਦਾ ਕਹਿੰਦੇ ਵੀ ਇੱਥੇ ਹੀ ਰਹੀਏ, ਠੀਕ ਹੈ ਤੇ ਨਹੀਂ ਜ਼ਿਆਦਾਤਰ ਨਾ। ਹਾਂਜੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਪੜ੍ਹਨ ਲਾ ਦਈਏ, ਉਹ ਪਰ ਹਲੇ ਛੋਟੇ ਆ, ਉਹਨਾਂ ਦਾ ਜਿਹੜਾ ਫੈਨ ਆਪਣਾ ਫਰੈਂਡਸ ਆ ਉਹ ਹਲੇ ਅਟੈਚ ਆ। ਮੈਂ ਉਹਨੂੰ ਉਹਦਾ ਟਰਾਈ ਕਰਦਾ, 18 ਸਾਲਾਂ ਦੇ ਹੋ ਗਏ, ਉਹਨਾਂ ਨੂੰ ਇੱਥੇ ਪੜ੍ਹਨ ਲਾਉਣਾ ਆਪਾਂ, ਠੀਕ ਹੈ ਜੀ। ਹਾਂਜੀ ਅਤੇ ਇੱਥੇ ਯੂਨੀਵਰਸਿਟੀਆਂ ਬਹੁਤ ਵੱਡੇ ਵੱਡੀਆਂ ਭਾਅ ਜੀ, ਕੰਪੇਅਰ ਹੀ ਨਹੀਂ ਕਰ ਸਕਦੇ ਆਪਾਂ ਜੀ। ਇੱਕ ਚੀਜ਼ ਜ਼ਿਆਦਾਤਰ ਮੈਂ ਦੇਖਦਾ ਨਾ ਬਾਈ, ਸਾਰੇ ਮਿੱਤਰ ਜਿਹੜੇ ਠੰਡਾ 'ਚ ਆਉਂਦੇ ਨੇ ਬਾਹਰਲੇ, ਹਾਂਜੀ ਇੰਡੀਆ 'ਚ ਨਵੰਬਰ ਤੋਂ ਲੈ ਕੇ ਗਰਮੀ ਦੇ ਵਿੱਚ, ਗਰਮੀ 'ਚ ਹੀ ਪਰ ਤੁਸੀਂ ਇੱਕ ਖਾਸ ਚੀਜ਼, ਤੁਸੀਂ ਗਰਮੀ ਦੇ ਵਿੱਚ ਆਏ ਹੋ ਹੈ ਨਾ, ਗਰਮੀ ਵਿੱਚ ਤਾਂ ਹੁੰਦਾ ਬੇ ਹੈ ਨਾ, ਉੱਥੇ ਛੁੱਟੀਆਂ ਹੁੰਦੀਆਂ 2 ਮਹੀਨੇ ਨੇ ਬੱਚਿਆਂ ਨੂੰ, ਠੀਕ ਹੈ ਜੀ। ਅਤੇ ਹੁਣ ਤੁਹਾਨੂੰ ਪਤਾ ਇੱਥੇ ਸਾਰੇ AC ਦੀ ਸਹੂਲਤ ਹੈਗੀ ਆ, ਜੋ ਗੱਡੀ ਦੀ ਸਹੂਲਤ ਆ ਜਾਣਾ, ਠੀਕ ਹੈ। ਅਤੇ ਸ਼ਾਪ ਦੇਣ ਉੱਥੇ ਵੀ AC ਹੁੰਦੇ ਆ, ਬੜਾ ਮਲੂਮ ਨਹੀਂ ਹੁੰਦਾ, ਠੀਕ ਉਹਨਾਂ ਵੀ ਵੈਸੇ ਭਾਈ ਕੈਲੀਫੋਰਨੀਆ ਵੀ ਆਪਾਂ ਇਦੋਂ ਵੱਧ ਹੀ ਗਰਮੀ ਪੈਂਦੀ ਗਰਮੀ ਨੂੰ, ਠੀਕ ਹੈ ਜੀ। ਉੱਥੇ ਨਹੀਂ ਇੰਨਾ ਠੰਡ ਨਹੀਂ ਹੈਗੀ, ਯੂਸ ਟੂ ਹੋਏ ਆਪਾਂ, ਠੀਕ ਹੈ ਜੀ। ਸੈਕਿੰਡ ਫਲੋਰ ਹੈਗਾ ਵੀ, ਇਹਦੇ ਕੀ ਕੀ ਆਪਸ਼ਨ ਆ ਗਈ ਆਪਾਂ ਨੂੰ? ਇਹਦੇ ਭਾਅ ਜੀ ਇੱਕ ਲੋਬੀ ਆ ਗਈ ਆਪਣੀ, ਠੀਕ ਹੈ ਜੀ, ਇੱਥੇ ਝੂਮਰ ਲੱਗ ਗਿਆ, ਅਤੇ ਇੱਕ ਇਹਦੇ ਵਿੱਚ ਕਮਰਾ ਬਣ ਗਿਆ ਇੱਕ ਹੋਰ, ਠੀਕ ਹੈ ਜੀ। ਇੱਥੇ ਬਣਾਉਂਦੇ ਆਪਾਂ ਬੈੱਡ ਬੁੱਡ ਲਾ ਕੇ ਵਧੀਆ ਕਰਦੇ, ਹਲੇ ਉੱਦਾਂ ਹੀ ਟਾਈਮ ਨਹੀਂ ਭਾਅ ਜੀ ਲੱਗਿਆ ਆਪਾਂ ਨੂੰ ਹਲੇ, ਠੀਕ ਹੈ ਜੀ। ਹਾਂਜੀ ਪਰ ਵਾਸ਼ਰੂਮ ਅਤੇ ਡਰੈਸਿੰਗ ਇੱਧਰ ਤਿਆਰ ਹੈ, ਹਾਂਜੀ। ਇਹਦੇ ਕਲਰ ਅਤੇ ਆਪਸ਼ਨ ਦੀ ਚੇਂਜ ਹੈ, ਊਂ ਵਾਸ਼ਰੂਮ ਤੁਹਾਡੇ ਵਾਲੇ ਮੰਗੀ ਹੈ ਨਾ? ਬਿਲਕੁਲ ਜੀ, ਇਹ ਥੋੜ੍ਹਾ ਜਿਹਾ ਅਲੱਗ ਕੀਤਾ ਜੀ, ਠੀਕ ਹੈ ਜੀ। ਇਹ ਉਹਦਾ ਓਪਨ ਜ਼ਿਆਦਾ ਛੱਡਤਾ ਜੀ, ਠੀਕ ਹੈ ਜੀ। ਮਤਲਬ ਉਹੀ ਗੱਲ ਹੈ ਵੀ ਸਮਾਂ ਘਾਟ ਪੈ ਗਈ, ਕੋਠੀ ਸ਼ੌਂਕ ਅਜੇ ਰਹਿੰਦੇ ਨੇ। ਹਾਂਜੀ ਹਾਂਜੀ, ਹਲੇ ਬੈੱਡ ਉਹ ਪੈਂਦੇ, ਅਸੀਂ ਕਿਹਾ ਸਾਡੇ ਹੁੰਦੇ ਉਹਨਾਂ ਦੇ ਦਿਓ, ਬਣਦਾ ਪਿਆ ਜੀ, ਮਤਲਬ ਹੋਪਫੁਲੀ ਅਗਲੇ ਮਹੀਨੇ ਦੇ ਬਣ ਜਾਣਾ ਜੀ। ਅਤੇ ਇਹ ਤਾਂ ਭਾਈ ਇੱਥੇ ਵੀ ਪ੍ਰੋਮਿਸ ਤਾਂ ਨਹੀਂ ਪੂਰੀ ਕਰਦੇ, ਜਿਹਦੇ ਨਾਲ ਜਿੰਨਾ ਟਾਈਮ ਉਹਨਾਂ ਕੋਲ ਦੇ ਦਿਓ ਉਹਨਾਂ ਦੇ ਜੀ। ਇੱਕ ਭਾਈ ਚੀਜ਼ ਹੋਰ ਖਾਸ ਹੈ, ਪੈਸਾ ਆਪਣਾ ਲੱਗਿਆ ਬੋਲਦਾ, ਪਰ ਕਿੰਨਾ ਕੁ ਸਰਚ ਕਰਦੇ ਬਾਈ? ਜਿਵੇਂ ਹੁਣ ਮੈਂ ਵੀ ਚਲੋ ਵੀਡੀਓ ਕਰਦਾ, ਹਾਂਜੀ, ਹੋਰ ਵੀ ਬਹੁਤ ਸਾਰੇ ਲੋਕ ਕਰਦੇ ਆ, ਵਿੱਚ ਪ੍ਰਮੋਸ਼ਨਾਂ ਵੀ ਬਹੁਤ ਹੁੰਦੀਆਂ, ਹਾਂਜੀ, ਤਾਂ ਕਿਵੇਂ ਫੀਲ ਹੁੰਦਾ? ਕਈ ਵਾਰ ਕੋਈ ਇਹ ਸੋਚਦੇ ਆ, ਲੱਗਦਾ ਅਮਰੀਕਾ ਵਾਲਿਆਂ ਨੂੰ ਤਾਂ ਡਰ ਹੈ, ਜਿਹੜਾ ਪਤਾ ਲੱਗਦਾ ਪੈਸੇ ਵੱਧ ਵੀ ਲਾਉਂਦੇ ਹੋਣਗੇ, ਬਿਲਕੁਲ। ਉਦੋਂ ਕਿੰਨਾ ਕੁ ਧਿਆਨ ਬਈ ਰੱਖਦੇ ਫਿਰ, ਜਾਣੇ 2-3 ਥਾਂ ਤੇ ਚੈੱਕ ਕਰਦੇ ਹੋ ਵੀ ਇਹਦਾ ਰੇਟ ਕੀ ਹੈ? ਹਾਂਜੀ, ਨਹੀਂ ਸ਼ਾਪਾਂ ਦੇ ਭਾਈ ਜਾਣਾ ਪੈਂਦਾ ਆਪਾਂ ਨੂੰ, ਕੰਪੇਅਰ ਤਾਂ ਕਰਨੀ ਪੈਂਦੀ ਆ, ਠੀਕ ਹੈ ਜੀ। ਨਹੀਂ ਤਾਂ ਇੱਕ ਥਾਂ ਜਾ ਕੇ ਦੂਜੇ ਥਾਂ ਤੋਂ ਪਜਾਨੇ ਆ, ਫਿਰ ਪਤਾ ਤੇ ਉਦੋਂ ਹੀ ਲੱਗਦਾ ਨਾ, ਬਿਲਕੁਲ। ਹਾਂਜੀ, ਤੇ ਆਪਣੇ ਪੂਲ ਬਣਾਇਆ ਭਾਜੀ ਆਪਾਂ ਜੀ, ਇਹਦਾ ਸੀਗਾ ਸਾ, ਮੈਂ ਗਿਆ JW ਮੈਰਿਜ ਚੰਡੀਗੜ੍ਹ, ਠੀਕ ਹੈ ਜੀ। ਉੱਥੇ ਉੱਪਰ ਪੂਲ ਬਣਿਆ ਸੀਗਾ ਟੌਪ ਤੇ, ਠੀਕ ਹੈ ਜੀ। ਤੇ ਮੇਰੀ ਉਦੋਂ ਦੀ ਗ੍ਰੈਜੂਏਟੀ, ਮੈਂ ਕਿਹਾ ਉੱਪਰ ਹੀ ਪੂਲ ਬਣਾਉਣਾ ਆਪਾਂ ਵੀ। ਕੀ ਬਾਤ ਹੈ ਜੀ, ਉੱਪਰ ਜਕੂਜੀ ਵਾਂਗੂ ਪੂਰੀ ਸੋਹਣੀ ਲੋਕੇਸ਼ਨ ਦਿੱਤੀ ਆ। ਤੇ ਦੇਖੋ ਜੀ, ਇਹ ਬਈ ਵਾਸ਼ਰੂਮ ਆ? ਹਾਂਜੀ, ਉਹ ਵਾਸ਼ਰੂਮ, ਸ਼ਾਵਰ ਤੇ ਟੋਇਲਟ, ਉੱਥੇ ਵੀ ਜਦੋਂ ਪੂਲ 'ਚ ਨਹਾ ਕੇ ਜਾਈਏ, ਹਾਂਜੀ, ਕਿ ਜਦੋਂ ਮੰਨ ਲਓ ਬਾਥਰੂਮ ਆ ਗਿਆ ਉੱਥੇ ਚਲ ਜਾਣਾ, ਹਾਂ ਠੀਕ ਹੈ ਜੀ। ਇਹ ਬਈ ਗਲਾਸ ਆ ਗਿਆ ਉੱਥੇ ਜਿੱਥੇ ਆਪਣਾ ਜਿੰਮ ਵਾਲੇ ਥਾਂ ਤੋਂ ਨਿਕਲਿਆ, ਬਿਲਕੁਲ ਜੀ। ਇਹ ਬਈ ਵਾਕ ਇਨ ਦਾ ਟਫਨ ਲੱਗਾ ਹੋਇਆ, ਮਤਲਬ ਕੋਈ ਟੈਨਸ਼ਨ ਨਹੀਂ ਬਈ, ਸੇਫਟੀ ਗਲਾਸ ਆ ਇਹ, ਠੀਕ ਹੈ ਜੀ। ਦਵਾਈ ਤੁਰੇ ਫਿਰੋ ਤੁਸੀਂ, ਕਹਿੰਦੇ ਉਹਦਾ ਇੱਕ ਵਾਰ ਤਾਂ ਡਰ ਜਾ ਲੱਗਦਾ ਨਾ ਵੀ ਕਿਤੇ ਉਹਨਾਂ ਨਾਲ ਲੰਘ ਜੇ ਬੰਦੇ, ਇੱਥੇ ਬਣਾਵਾਂਗੇ, ਚਿਹਰਾ ਲਾਉਂਦੇ ਆਪਾਂ ਤੇ ਇਹਦੇ ਜਕੂਜੀ ਟਾਈਪ ਬਣਾ ਦੇ ਉੱਪਰ, ਹਾਂਜੀ ਹਾਂਜੀ, ਅੱਜ ਕੱਲ ਕਾਫੀ ਟ੍ਰੈਂਡਿੰਗ ਦੇ ਵਿੱਚ ਆ, ਹਾਂਜੀ, ਉਹ ਚੀਜ਼ਾਂ ਚੱਲਦੀਆਂ ਨੇ, ਹਾਂਜੀ, ਤੇ ਨਾਲ ਬੂਟੇ ਜਿਵੇਂ ਗਮਲੇ ਗਮਲੇ ਲਾ ਕੇ ਮਾਹੌਲ ਮੈਂ ਕਹਿੰਦਾ ਵੱਖਰੀ ਬਣ ਜਾਊ ਜੀ, ਮਤਲਬ ਵੀ ਕਿਸੇ ਵੀ ਤਰ੍ਹਾਂ ਦੀ ਕਹੇ ਜਾ ਵੀ ਮਿੱਤਰ ਆ ਜੀ, ਜਿੱਦਾਂ ਮੈਂ ਤੁਹਾਨੂੰ ਕਹਿੰਦਾ ਗੁਰੂ ਘਰ ਆਪਣੇ ਇੱਧਰ ਮੱਥੇ ਲੱਗਦਾ ਇੱਕ ਆ ਸਾਹਮਣੇ ਗੁਰੂ, ਠੀਕ ਹੈ ਜੀ, ਫੇਸ ਫੇਸ ਨੂੰ ਤਾਂ ਬਾਣੀ ਚੱਲਦੀ, ਬੜਾ ਆਰਾਮ ਸ਼ਾਂਤੀ ਮਿਲਦੀ, ਬਿਲਕੁਲ ਜੀ ਬਿਲਕੁਲ। ਉਹੀ ਚੀਜ਼ ਆ ਵੀ ਜਿਹੜੀ ਬਾਹਰ ਨਹੀਂ ਮਿਲਦੀ ਉਹ ਇੱਥੇ ਇਹੀ ਚੀਜ਼ਾਂ ਮਿਲਦੀ, ਹਾਂਜੀ, ਰੱਬ ਦਾ ਨਾਮ ਮਿਲਦਾ ਬਈ। ਇਹ ਕੀ ਪ੍ਰੋਜੈਕਟ ਆ ਗਿਆ ਜੈਗੁਆਰ ਦਾ? ਇਹ ਭਾਅ ਜੀ ਆਪਣੇ ਹੈਗੇ ਆ ਵਾਟਰ ਹੀਟਰ, ਠੀਕ ਹੈ, ਜੈਗੁਆਰ ਦਾ ਆ ਗਿਆ, ਹਾਂਜੀ, ਇਹ ਸਾਰੇ ਘਰ ਦੀ ਗਰਮ ਪਾਣੀ ਸਪਲਾਈ ਹੈ ਸਾਰੇ ਦੇ, ਹਾਂਜੀ, ਇਹ ਅੱਜ ਕਿਤੇ ਵਰਤੋਂ ਜਾਂ ਸਿਆਲਾਂ ਨੂੰ ਵਰਤੋਂ ਜਾਇਆ ਕਰੂਗਾ, ਠੀਕ ਹੈ। ਤੇ ਇਹਦੇ ਬੱਚੇ ਫਿਰ ਤੁਹਾਨੂੰ ਪਤਾ ਉੱਧਰਲੇ ਠੰਡੇ ਬਣਿਆ ਨਾ ਇਹਨਾਂ ਦੇ, ਤੇ ਇਹਨੂੰ ਇਕੱਲੇ ਇਕੱਲੇ ਵਿੱਚ ਲਾਉਂਦੇ ਉਹ ਫਿਰ ਇੰਨਾ ਵਧੀਆ ਨਹੀਂ ਲੱਗਦਾ, ਫਿਰ ਇੱਕ ਥਾਂ ਜਿੱਦਾਂ ਅਮੈਰੀਕਾ ਦੇ ਵਿੱਚ ਹੁੰਦਾ ਆ ਉਹੀ ਚੀਜ਼ ਕੀਤੀ, ਟੂਟੀ ਚਲਾਓ ਤਾਂ ਸਾਰੇ ਪਾਣੀ ਗਰਮ,
ਠੀਕ ਹੈ ਜੀ। ਹਾਂਜੀ ਵਧੀਆ ਲੱਗਿਆ। ਇਸ ਤੋਂ ਉੱਪਰ ਵੀ ਛੱਤ ਤੇ ਪਾਣੀ ਦੀ ਟੈਂਕੀ ਉੱਪਰ ਆ ਗਿਆ। ਹਾਂਜੀ ਉੱਪਰ ਪਾਣੀ ਦੀ ਟੈਂਕੀ। ਹਾਂਜੀ ਆ ਗਈ। ਠੀਕ ਹੈ ਜੀ। ਉਹਦੇ ਉੱਪਰ ਵਾਟਰ ਸੌਫਟਨਰ ਲੱਗਾ ਆ, ਪ੍ਰੈਸ਼ਰ ਪੰਪ ਲੱਗਾ ਆ, ਟੈਂਕੀ ਜੀ, ਤੇ ਇੱਕ ਆਪਣੇ ਦੋ ਚੀਜ਼ਾਂ ਹੋ ਰਿਹਾ ਉਹਦੇ ਉੱਤੇ ਜੀ। ਬਈ ਕਿੰਨਾ ਟਾਈਮ ਲੱਗ ਗਿਆ ਉਹਨੂੰ ਕੰਪਲੀਟ ਕਰਨ ਤੇ? ਭਾਈ 2 ਸਾਲ ਲੱਗੇ। ਸਹੀ, 2 ਸਾਲ। ਪਰ ਆਪਣੇ ਕੰਮ ਚੱਲੀ ਗਿਆ ਸਮੂਥ, ਇਦਾਂ ਕੋਈ ਡਿਗਨ ਨਹੀਂ ਪਈ। ਠੀਕ ਹੈ ਜੀ। ਤੇ ਵਿਗਨ ਨਹੀਂ, ਤੇ ਉਹਦਾ ਵੀ ਪਲੱਸ ਪੁਆਇੰਟ ਇਹ ਸੀ ਭਾਈ, ਉਹਦਾ ਆਪਾਂ ਥਾਂ ਮਿਲ ਗਿਆ ਨਾ, ਉਹਨਾਂ ਜਿੰਨਾ ਵੀ ਸਾਡਾ ਸਰੀਆ ਸੀਮੈਂਟ ਰੇਤਾ ਉੱਧਰ ਰੱਖ ਕੇ ਛੱਡੀ ਗਏ। ਠੀਕ ਹੈ। ਇੱਥੇ ਰੋਡ ਤੇ ਕਿੱਥੇ ਛੱਡਦੇ? ਬਿਲਕੁਲ, ਇਹਨਾਂ ਬਹੁਤ ਪ੍ਰੋਬਲਮ ਆਉਣੀ ਸੀ। ਨਹੀਂ ਬਾਈ, ਬਹੁਤ ਮਤਲਬ ਪ੍ਰਾਊਡ ਫੀਲ ਹੁੰਦਾ। ਹਾਂਜੀ, ਆਪਣੇ ਪੰਜਾਬੀ ਬਾਹਰ ਜਾਂਦੇ ਆ, ਮਿਹਨਤਾਂ ਕਰਦੇ ਆ, ਕਮਾਈਆਂ ਕਰਦੇ ਨੇ, ਫਿਰ ਉਹ ਇੰਨੇ ਸੁਪਨਿਆਂ ਦੇ ਜਿਹੜੇ ਮਹਿਲ ਨੇ ਉਹ ਬਣਾਉਂਦੇ ਨੇ, ਅਤੇ ਜਿੱਥੇ ਖੜ ਕੇ ਮਤਲਬ ਜੋ ਸਾਨੂੰ ਪ੍ਰਾਊਡ ਹੁੰਦਾ, ਤੁਹਾਨੂੰ ਤਾਂ ਉਸ ਤੋਂ ਵੀ ਜ਼ਿਆਦਾ ਕਿਤੇ ਫੀਲ ਆਉਂਦਾ ਹੋਣਾ ਵੀ ਯਾਰ ਇੱਕ ਟਾਈਮ ਆਪਾਂ ਕਿੱਥੇ ਸੀ ਅਤੇ ਕਿੱਥੇ ਪਹੁੰਚੇ ਹਾਂ, ਪਰ ਮਿਹਨਤਾਂ ਨਾਲ ਆਪਾਂ ਪਹੁੰਚੇ। ਹਾਂਜੀ। ਅਤੇ ਆਪਾਂ ਗੇਟ ਕਰਦੇ ਹਾਂ ਬੰਦ ਭਾਅ ਜੀ। ਜੀ, ਮਤਲਬ ਗੇਟ ਹੁਣ ਕਹਿੰਦੇ ਵੀਡੀਓ ਸਮਾਪਤੀ ਅਤੇ ਗੇਟ ਵੀ ਫਿਰ ਬੰਦ ਕਰ ਦਈਏ, ਕਹਿੰਦਾ ਹੁੰਦਾ ਨਾ ਟੀਵੀ ਦਾ ਪਹਿਲਾਂ ਸ਼ਟਰ ਲਾਉਂਦੇ ਹੁੰਦੇ। ਹਾਂਜੀ, ਅੱਜ ਆਪਣੀ ਵੀਡੀਓ ਦਾ ਆਪਾਂ ਸ਼ਟਰ ਲਾਤਾ, ਸ਼ਟਰ ਲਾਤਾ ਜੀ। ਅਤੇ ਇੱਥੋਂ ਆਹ ਵੀ ਦੇਖ ਲਓ ਦੋਸਤੋ, ਡਿਜ਼ਾਇਨ ਇੱਕ ਪੌੜੀ ਨੁਮਾ ਡਿਜ਼ਾਇਨ ਦਿੱਤਾ ਗਾ ਆਰਕੀਟੈਕਟ ਨੇ, ਅਤੇ ਬਹੁਤ ਸੋਹਣਾ। ਹਾਂਜੀ, ਕਹਿ ਦਈਏ ਹਰ ਇੱਕ ਚੀਜ਼ ਕਲਰ, ਆ ਜਿਵੇਂ ਟਾਈਲਾਂ ਨੇ, ਹਰ ਇੱਕ ਚੀਜ਼ 'ਤੇ ਬਾਈ ਹੋਰ ਨੇ ਪੂਰਾ ਫੋਕਸ ਕੀਤਾ ਗਾ ਇਹਦੇ ਵਿੱਚ ਭਾਈ। ਇੱਕ ਤਾਂ ਤੁਸੀਂ ਦੇਖਿਆ ਹੋਣਾ, ਕਈਆਂ ਨੇ ਘਾਹ ਪਾਇਆ ਹੁੰਦਾ, ਫਿਰ ਟਾਇਲ ਲਾਈ ਹੁੰਦੀ ਆ ਨਾ ਜੀ, ਜੀ ਆਪਾਂ ਫਿਰ ਉਹਦਾ ਵੀ ਫਲੇਵਰ ਲੈ ਲਿਆ, ਉਹਦੀ ਲੁੱਕ ਘਾਹ ਦੀ ਆ ਵਿੱਚ, ਟਾਇਲ ਦੇ ਵਿੱਚ ਘਾਹ ਹੈ, ਟਾਇਲ ਹੈ ਵਿੱਚ ਘਾਹ ਦੇ ਆਪਸ਼ਨ, ਉਹਨਾਂ ਨੇ ਘਾਹ ਦੀ ਫਿਨਿਸ਼ਿੰਗ ਦੇਤੀ। ਕੀ ਬਾਤ ਹੈ। ਕਈਆਂ ਦੇ ਹੁੰਦਾ ਵਿੱਚ ਆਪਣੇ ਨਕਲੀ ਘਾਹ, ਹਾਂਜੀ ਨਕਲੀ ਘਾਹ ਲਾ ਕੇ ਟਾਇਲ ਲਾ ਦਿੰਦੇ ਹਾਂ ਜੀ। ਤੇ ਇੱਕ ਬਾਈ ਆਪਣੇ ਮਿਸਤਰੀ ਵੀ ਪਹੁੰਚੇ ਹੋਏ ਨੇ ਨਾ, ਜਿਹੜੇ ਵੀਰਾਂ ਨੇ ਕੰਮ ਕੀਤਾ ਹੈਗਾ। ਹਾਂਜੀ ਬਾਈ, ਬਿਜਲੀ ਵਾਲੇ ਬੰਦੇ ਨੇ ਉਹ, ਆਪਣਾ ਜਦੋਂ ਤੋਂ ਲਾ ਕੇ ਉਹਨੇ ਬਾਈ ਉਹਨੇ ਗਾਈਡੈਂਸ ਬਹੁਤ ਕੀਤਾ ਆਪਾਂ ਵਧੀਆ। ਜਿੱਦਾਂ ਪਹਿਲਾਂ ਆਰਕੀਟੈਕਟ ਕਹਿੰਦੇ ਤਾਰ ਪਾਉਣੀ ਆ, ਜਿਹੜੇ ਏ ਸੀ ਵਾਲੇ ਤਾਰਾਂ ਸੀ, ਉਹਨੇ ਕਿਹਾ ਨਹੀਂ ਇਹ ਨਹੀਂ ਪਾਉਣੀ, ਆਉਣ ਵਾਲੇ ਟਾਈਮ 'ਚ ਫੋਲਟ ਆ ਸਕਦੀ, ਉਹਨੇ ਵੱਡੀਆਂ ਪਵਾਈਆਂ ਸਾਰੀਆਂ ਲਾ ਕੇ ਏ ਸੀ ਦੀਆਂ। ਠੀਕ ਹੈ ਜੀ। ਹੋਰ ਵੀ ਉਹਨੇ ਸਾਨੂੰ ਸਲਾਹ ਦਿੰਦਾ ਰਿਹਾ, ਆਪਾਂ ਨੂੰ ਨੌਲੇਜ ਨਹੀਂ ਹੈਗੀ ਭਾਜੀ ਹੈ ਨਾ। ਠੀਕ ਹੈ ਜੀ। ਇਹਦੇ ਫੀਲਡ ਵਿੱਚ ਸੀਗਾ ਅਤੇ ਹਰੇਕ ਆਪਣਾ ਨੌਲੇਜ ਦੇਈ ਗਿਆ। ਆ ਜਾਓ ਫਿਰ ਬਾਈ, ਕਰਦੇ ਹਾਂ ਗੱਲਬਾਤ। ਸਾਰੇ ਮਿਸਤਰੀ ਜਿਹੜੇ ਆਏ ਹੋਏ ਨੇ ਅੱਜ, ਅਤੇ ਕਿਉਂਕਿ ਦੋਸਤੋ ਜਿਹੜੇ ਬਾਹਰ ਨੇ ਖਾਸ ਕਰਕੇ, ਤੁਹਾਨੂੰ ਲੋੜ ਹੁੰਦੀ ਚੰਗੇ ਮਿਸਤਰੀ ਦੀ। ਬਿਲਕੁਲ। ਉਹ ਮੇਰੇ ਰਿਵਿਊ ਨਾਲ ਵੱਧ ਬਾਈ ਦਾ ਰਿਵਿਊ ਚੰਗਾ, ਕਿਉਂਕਿ ਬਾਈ ਨੇ ਉਹਨਾਂ ਤੋਂ ਕੰਮ ਕਰਾਇਆਗਾ। ਅਤੇ ਇੱਕ ਵਾਰ ਆਪਾਂ ਗੱਲਬਾਤ ਕਰਦੇ ਸਾਰਿਆਂ ਨਾਲ ਬਾਈ। ਇੱਕ ਬਿਜਲੀ ਵਾਲੀ ਗੱਲ ਰਹਿ ਗਈ ਸੀਗੀ, ਇੰਨੇ ਸਾਰੇ ਘਰ ਦਾ ਲੋਡ, ਕੋਈ ਜਨਰੇਟਰ ਵਗੈਰਾ ਕੀ ਲਵਾਇਆ ਹੋਵੇ? ਹਾਂਜੀ ਬਾਈ, ਉਹ ਤੁਹਾਨੂੰ ਜਨਰੇਟਰ ਦਿਖਾਉਂਦੇ ਆਪਾਂ ਜਾ ਕੇ ਬਾਈ। ਮੈਂ ਕਹਿੰਦਾ ਬਿਜਲੀ ਦਾ ਗਰੰਟੀ ਬਣਾ ਰੱਖਿਆ, ਬਿਜਲੀ ਦਾ ਪ੍ਰੋਜੈਕਟ ਅੱਡ ਰੂਮ ਰੱਖਿਆ ਦਾ ਵੀ। ਹਾਂਜੀ, ਅੱਡ ਰੂਮ ਬਣਾਇਆ ਜੀ। ਠੀਕ ਹੈ ਜੀ। ਇਹ ਬਾਈ ਆਪਣੇ ਸੁਨੀਲ ਭਾਈ ਦੇ ਨਾਲ, ਇਹ ਮੈਨੂੰ ਬਹੁਤ ਗਾਈਡ ਕੀਤਾ, ਇਹਦੇ ਹਿਸਾਬ ਨਾਲ ਆਪਾਂ ਚੱਲੇ ਹਾਂ। ਇਹਨੂੰ ਪਤਾ ਵੀ ਕਿੱਥੇ ਕਿੱਥੇ ਪੁਆਇੰਟ ਦਿੱਤੇ ਆ, ਕੀ ਕੀਤਾ ਆ, 30 ਫੇਸ ਆਪਣਾ ਇਹਨੇ ਆਪਣਾ ਦੇ ਕਨੈਕਸ਼ਨ ਲਾਇਆ ਹੋਇਆ ਆ। ਮਤਲਬ ਸਾਰਾ ਬਿਜਲੀ ਦਾ ਕੰਮ ਬਾਈ ਨੇ ਕੀਤਾ ਹੋਇਆ? ਬਾਈ ਨੇ ਕੀਤਾ ਇਹ, ਮਤਲਬ ਜਮਾ ਭਰੋਸੇ ਰੋ ਕੰਮ ਬਾਈ ਦਾ। ਚਲੋ, ਪੂਰਾ ਪੂਰਾ ਮੈਂ ਤਾਂ ਇਹਨੂੰ ਰეკਮੈਂਡ ਕਰਦਾ, ਮੈਂ ਤਾਂ ਕਹਿੰਦਾ ਮੈਂ ਵੀ ਆਪ ਨੂੰ ਰეკਮੈਂਡ ਕਰਦਾ, ਕਿਉਂਕਿ ਬਾਈ ਕੋਠੀ ਦੇ ਵਿੱਚ ਕੰਮ ਦੇਖਿਆ ਲੈਟਾਂ ਦਾ। ਹਾਂਜੀ, ਤੇ ਆਪਾਂ ਕਹਿੰਦੇ ਆ ਮਹਾਰਾਜ ਇਹਨੂੰ ਬਹੁਤ ਕੰਮ ਦੇਵੇ ਜੀ, ਸਾਡਾ ਕੰਮ ਕੀਤਾ ਸੀ ਖੁਸ਼ ਆ ਪੂਰੇ। ਬਿਲਕੁਲ। ਤੇ ਅੱਗੇ ਵੀ ਨਹੀਂ ਕੰਮ ਲੋਕਾਂ ਦੇ ਹੋ ਰਹੇ, ਕੋਠੀ ਵੀ ਕੀਤਾ, ਉਹ ਵੀ ਦੇਖਿਆ ਸੀ। ਠੀਕ ਹੈ। ਮਲੇਸ਼ੀਆ ਵਿੱਚ ਰਿਹਾ ਕਿੰਨਾ ਸਾਲ ਪਰ? 8 ਸਾਲ ਮਲੇਸ਼ੀਆ ਵਿੱਚ ਨੇ ਕੰਮ ਕੀਤਾ, ਉਹ ਡਰਾਇੰਗ ਦੇ ਹਿਸਾਬ ਦੇ ਨਾਲ। ਠੀਕ ਹੈ ਜੀ। ਤੇ ਬਾਈ ਆਹ ਤਾਂ ਸਾਰਾ, ਚਲੋ ਬਾਈ ਨੇ ਸਾਰਾ ਬਿਜਲੀ ਦਾ ਸਿਸਟਮ ਲਾਇਆ ਗਾ। ਹਾਂਜੀ। ਤੇ ਇਹ ਕੀ ਚੀਜ਼ ਆ ਗਈ ਬਾਈ? ਇਹ ਭਾਜੀ ਸਰਬੋ, ਇਹ ਆਪਾਂ ਲਿਆ ਸੀ ਲੁਧਿਆਣਿਓ, ਖਾਲਸਾ। ਠੀਕ ਹੈ। ਹਾਂਜੀ, ਖਾਲਸਾ। ਇਹ ਕਾਹਦੇ ਕੰਮ ਆਉਂਦਾ? ਇਹ ਸਰਬੋ ਖਾਸ ਕਰਕੇ ਦੋਸਤੋ ਜਿਵੇਂ ਕੋਠੀ ਵਿੱਚ ਸਾਰਾ ਸੈਂਸਰ ਬੇਸਡ ਕੰਮ ਹੋਇਆ ਗਾ ਬਿਜਲੀ ਦਾ, ਤੇ ਬਾਈ ਨੇ ਕੀਤਾ ਹੋਇਆ। ਬਾਈ ਦਾ ਨੰਬਰ ਸਕਰੀਨ ਤੇ ਦਿੱਤਾ,
ਜਾਂ ਕਮੈਂਟਾਂ ਦੇ ਵਿੱਚ ਦਿੱਤਾ ਬਾਈ ਨਾਲ ਕੰਟੈਕਟ ਕਰ ਲਿਓ, ਕਿਉਂਕਿ ਜਦੋਂ ਕੋਈ ਬਾਹਰਲਾ ਬੰਦਾ ਕੰਮ ਕਰਾ ਕੇ ਰਿਕਮੈਂਡ ਕਰਦਾ ਤਾਂ ਉੱਥੇ ਯਕੀਨ ਵਾਲੀ ਗੱਲ ਹੋਦੀ ਬਾਈ ਦਾ ਕੰਮ ਕਿਹੋ ਜਿਹਾ ਹੋਊ। ਬਿਲਕੁਲ ਜੀ, ਅੱਗੇ ਕੋਠੀ ਦੇ ਵਿੱਚ ਤੁਸੀਂ ਦੇਖੀ ਹੈਗਾ ਤੇ ਆ ਜਾਓ ਆਪਾਂ ਬਾਹਰਲੇ ਪਾਸੇ ਚੱਲਦੇ ਜਿੱਥੇ ਬਾਈ ਕਹਿੰਦਾ ਦਰਖਤ ਲਾਉਣੇ ਇਕੱਲੇ। ਹੁਣ ਸਾਨੂੰ ਤਾਂ ਬਾਈ ਬਣਾਉਣਾ ਆਟੋਮੇਸ਼ਨ ਦਾ ਬੜਾ ਪਤਾ ਨਹੀਂ ਸੀ ਨਾ ਜੀ। ਜੀ ਬਾਈ, ਤੇ ਉਹ ਇਹਨੇ ਰਿਕਮੈਂਡ ਕੀਤਾ ਸੀ ਆਟੋਮੇਸ਼ਨ ਕਰਾਓ। ਠੀਕ ਹੈ ਬਾਈ। ਹਾਂਜੀ ਹਾਂਜੀ ਬਾਈ, ਇਹ ਆਪਣਾ ਛੱਤ ਤੋਂ ਦਿਖਾਇਆ ਸੀਗਾ ਵੀ ਫਾਰਮ ਹਾਊਸ ਆ ਗਿਆ ਇੱਧਰ, ਇਹਦੇ ਵਿੱਚ ਕੀ ਕੀ ਆਪਸ਼ਨ ਰੱਖੀ ਆ ਬਾਈ ਆਪਾਂ? ਇਹਦੇ ਵਿੱਚ ਆਪਾਂ ਬਾਈ ਮੋਸਟਲੀ ਆਪਾਂ ਇਹਦੇ ਗ੍ਰੀਨ ਹੀ ਰੱਖਣਾ ਇਹਨੂੰ। ਠੀਕ ਹੈ ਜੀ, ਰੱਖਣੇ ਆ ਨੇਚਰ ਦੇ ਨਾਲ ਆਪਾਂ ਜੁੜਨਾ ਆ। ਠੀਕ ਹੈ ਜੀ, ਤੇ ਘਾਹ ਹੋਵੇ ਇੱਥੇ ਥੋੜ੍ਹਾ ਜਿਹਾ, ਹੋਰ ਵੀ ਟ੍ਰੀ ਲਾਵਾਂਗੇ ਇੱਕ, ਆਪਾਂ ਜੰਗਲ ਟਾਈਪ ਬਣਾਉਣਾ ਭਾਜੀ ਇਹਨੂੰ। ਇਹਨੂੰ ਪੂਰਾ ਜੰਗਲ ਟਾਈਪ ਬਣਾ ਦੇਣਾ। ਹਾਂਜੀ ਠੀਕ ਹੈ ਜੀ, ਡੌਗ ਵੀ ਕਹਿੰਦਾ ਰੈਸਟ ਕਰ ਰਿਹਾ, ਪੂਰਾ ਕੁੰਦਰ ਲਾਇਆ ਹੋਇਆ। ਇਹਨੂੰ ਮੜਾ ਜਿਹਾ ਕੱਢਦੇ ਹਾਂ, ਇਹ ਮੇਰੇ ਨਾ ਬੇਟੇ ਨੇ ਲਿਆ ਸੀ, ਇਹ ਉਦੋਂ 1 ਮਹੀਨੇ ਦਾ ਸੀਗਾ ਜੀ। ਠੀਕ ਹੈ ਜੀ, ਮਾਸ਼ਾ ਅੱਲਾ ਗੋਲਡਨ ਰਿਟਰੀਵਰ ਹੈ। ਹਾਂਜੀ, ਹੋਰ ਪਤਾ ਨਹੀਂ ਲੱਗਾ। ਠੀਕ ਹੈ ਜੀ, ਮੈਂ ਦੇਖ ਸਕਦਾ ਗਰਮੀ ਥੋੜ੍ਹੀ ਜਿਹੀ ਵੱਧ ਮਾਣਦਾ। ਆ ਜਾਓ ਵੀ ਦੋਸਤੋ, ਇੱਧਰ ਪਈਏ ਫਿਰ, ਸਟੋਰ ਆ ਗਿਆ ਸਾਰੇ ਕਾਸੇ ਦਾ। ਹਾਂਜੀ ਭਾਜੀ, ਇੱਕ ਆਪਾਂ ਬਣਾਇਆ 5 ਕਾਰਗਰਾਂ ਜਿਹਾ। ਠੀਕ ਹੈ, ਅੱਗੇ ਕੰਮ ਕੁੰਮ ਚੱਲਦਾ ਹਲੇ ਸਫਾਈ ਕਰਾਉਣ ਵਾਲੀ ਆਪਣੀ। ਕੱਲ੍ਹ ਨੂੰ ਜਦੋਂ ਕਹਿੰਦੇ ਆਪਾਂ ਕੋਈ ਪ੍ਰੋਗਰਾਮ, 5-7 ਗੱਡੀਆਂ ਤਾਂ ਅੰਦਰ ਹੀ ਲੱਗ ਜਾਣਗੀਆਂ। ਬਿਲਕੁਲ ਬਿਲਕੁਲ ਜੀ। ਠੀਕ ਹੈ ਜੀ, ਇਹ ਭਾਜੀ ਜਨਰੇਟਰ ਆਪਣੇ ਬਣਾਇਆ ਇੰਦਰਜੀਤ ਸਿੰਘ ਨੇ। ਠੀਕ ਹੈ ਜੀ। ਹਾਂਜੀ, ਸਿੰਘੇੜਾ ਟਰੈਕਟਰ ਵਾਲੇ ਆ, ਇਹ ਬਰਨਾਲੇ ਲਾਗੇ ਪਿੰਡ ਆ ਸਿੰਘੇੜਾ। ਹਾਂਜੀ ਸਿੰਘੇੜਾ। ਠੀਕ ਹੈ ਜੀ, ਤੇ ਕੰਮ ਵੀ ਉਹਦਾ ਇੰਨਾ ਸੋਹਣਾ ਸਾਫ ਸੁਥਰਾ ਜੀ, ਦੇਖੋ ਕੀ ਬਾਤ ਹੈ ਜੀ। ਤੇ ਜਿਹਨੇ ਵੀ ਜਨਰੇਟਰ ਲੈਣਾ ਆ ਪਲੀਜ਼ ਇਹਨੂੰ ਕੰਟੈਕਟ ਕਰਨ, ਇਹਨਾਂ ਦੇ ਸੋਮਾਂ ਦੇ ਆਰਡਰ ਜਾਂਦੇ ਭਾਜੀ। ਠੀਕ ਹੈ, ਛੋਟਾ ਵੱਡਾ ਜਿੱਦਾਂ ਦਾ ਮਰਜ਼ੀ। ਆ ਨੰਬਰ ਨੋਟ ਕਰਾ ਦੇ ਭਾਜੀ ਦੇ, 9633-0483। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ, ਸਫਾਈ ਦੇਖ ਸਕਦੇ ਹੋ ਚੀਜ਼। ਇੱਕ ਬਾਈ ਨੇ ਮੈਨੂੰ ਹੋਰ ਖਾਦ ਦੱਸੀ ਬਾਈ, ਉਹਨਾਂ ਦੀ ਗੱਲ ਕਹਿੰਦੇ ਪੀਸ ਦਾ ਕੋਈ ਨਾ ਕੋਈ ਜਿਵੇਂ ਪੱਖਰ ਆ ਗਿਆ ਸੀ ਪਹਿਲਾਂ। ਹਾਂਜੀ, ਉਹ ਦੇਖੋ ਉੱਥੋਂ ਚੱਲ ਕੇ ਆਏ ਸਪੈਸ਼ਲ ਫੋਲਟ ਕੱਢਣ, ਨਹੀਂ ਤਾਂ ਆਪਾਂ ਚੀਜ਼ ਲੈ ਲਈ ਅਗਲਾ ਕਹਿੰਦੇ ਵੀ ਸੇਲ ਕਰਨੀ ਸੌਖੀ, ਸਰਵਿਸ ਦੇਣੀ ਬਹੁਤ ਔਖੀ, ਆ ਕਰੋ। ਉਹ ਕਹਿੰਦੇ ਜਦੋਂ ਸਰਵਿਸ ਹੋਣੀ ਅਸੀਂ ਆਪ ਖੁਦ ਆਵਾਂਗੇ। ਠੀਕ ਹੈ, ਤੁਹਾਨੂੰ ਨਹੀਂ ਕੁਛ ਕਰਨਾ। ਦੇਖ ਲਓ, ਇਹ ਉਹਨਾਂ ਦਾ ਕੰਮ ਹੀ ਭਾਈ ਮੈਨੂੰ ਵਧੀਆ ਲੱਗਿਆ, ਬੰਦੇ ਇਮਾਨਦਾਰ ਆ, ਜੋ ਤੁਹਾਨੂੰ ਕਮਿਟਮੈਂਟ ਕੀਤੀ ਉਹਨਾਂ ਨੇ ਉਹੀ ਕਰਨਾ, ਉਹੀ ਕੀਤੀ। ਪਰ ਇਹ ਖਾਸ ਗੱਲ ਹੈ ਵੀ ਦੂਜੀ ਗੱਲ ਇਹ ਆ ਭਾਜੀ, ਇਹ ਵੀ ਆਪਣਾ ਵਾਈਫਾਈ ਤੇ ਸਟਾਰਟ ਹੋਊਗਾ। ਠੀਕ ਹੈ ਜੀ, ਹਾਂਜੀ, ਸਾਰਾ ਮੋਬਾਈਲ ਤੇ ਸਿਸਟਮ ਮੋਬਾਈਲ ਤੇ। ਹਾਂਜੀ ਜੀ, ਕਿਆ ਤੁਸੀਂ ਦੇਖ ਸਕਦੇ ਹੋ ਆਟੋਮੇਸ਼ਨ। ਹਾਂਜੀ, ਇਹ ਵੀ ਭਾਈ ਆਟੋਮੇਸ਼ਨ ਹੀ ਆਪਣਾ, ਇਹ ਫੋਨ ਤੋਂ ਆਨ ਕਰ ਲਓ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਕਰ ਲਓ ਨਾ। ਠੀਕ ਹੈ ਜੀ, ਮਤਲਬ ਜੇ ਕਹਿ ਦਈਏ ਵੀ ਸੰਧੂ ਮਿਲੇ ਦੇ ਵਿੱਚ ਕੋਈ ਉਹ ਚੀਜ਼ ਛੱਡੀ ਨਹੀਂ ਵੀ ਜਿਹੜੀ ਕਿਤੇ ਕੱਲ੍ਹ ਨੂੰ ਕਹਿੰਦੇ 5 ਮਿੰਟ ਵੀ ਲਾਈਟ ਭੱਜ ਗਈ। ਬਿਲਕੁਲ ਜੀ, ਵੀ ਕਿਸੇ ਨੂੰ ਪੁੱਛਣਾ ਪਊਗਾ ਵੀ ਲਾਈਟ ਕਦੋਂ ਆਊਗੀ। ਬਾਈ ਨੇ ਸਾਰੀਆਂ ਚੀਜ਼ਾਂ ਤਸੱਲੀ ਕਰਾਈਆਂ ਨੇ ਬਾਈ। ਹੋਰ ਕੋਈ ਐਕਸਪੀਰੀਅੰਸ ਰਿਹਾ ਹੋਵੇ ਤੁਹਾਡਾ ਘਰ ਬਣਾਉਣ ਦੇ ਵਿੱਚ, ਕੋਈ ਵੀ ਸ਼ੇਅਰ ਕਰਨਾ ਚਾਹੋ ਜਾਂ ਕੋਈ ਮੈਸੇਜ ਦੇਣਾ ਚਾਹੋ ਦਰਸ਼ਕਾਂ ਨੂੰ? ਭਾਈ ਮੈਸੇਜ ਇਹੀ ਆ ਵੀ ਜਿਹੜੇ ਬੰਦੇ ਆਪਾਂ ਜਾਂਦੇ ਆਪਾਂ ਅਮਰੀਕਾ ਦੇ ਵਿੱਚ ਪੈਸੇ ਕਮਾਉਣ ਲਈ, ਠੀਕ ਹੈ, ਪੈਸਾ ਜੀ ਸਦਕੇ ਕਮਾਓ, ਤੁਸੀਂ ਇੰਡੀਆ ਆਓ ਆਪਣੇ ਫੈਮਿਲੀ ਲੈ ਕੇ, ਇੱਥੇ ਘਰ ਬਣਾਓ। ਠੀਕ ਹੈ ਜੀ, ਘਰ ਦੇ ਇੱਥੇ ਮਿੱਟੀ ਨਾਲ ਜੁੜੋ, ਜਿਹੜੇ ਜਾਣਾ ਵੀ ਚਾਹੁੰਦੇ ਆਪਣਾ ਘਰ ਨਾ ਵੇਚ ਕੇ ਜਾਣ, ਪਿੱਛਾ ਨਾ ਆਪਣਾ ਗਵਾਉਣ। ਠੀਕ ਹੈ, ਇਹੀ ਮੇਰਾ ਮੇਨ ਮੋਟਿਵ ਆ ਵੀ ਤੁਸੀਂ ਮਿੱਟੀ ਨਾਲ ਜੁੜੋ, ਕੱਲ੍ਹ ਨੂੰ 10 ਸਾਲ ਨੂੰ ਇੰਡੀਆ ਦਾ ਬਹੁਤ ਤਰੱਕੀ ਆਉਣ ਵਾਲਾ ਆ। ਬਿਲਕੁਲ ਬਿਲਕੁਲ ਜੀ, ਜਿਹੜੇ ਹਿਸਾਬ ਨਾਲ ਹੁਣ ਰੋਡਾਂ ਬਣ ਰਹੀਆਂ ਆ, ਕਿੰਨਾ ਐਕਸਪੋਰਟ ਹੋਣਾ, ਕੱਲ੍ਹ ਤੁਸੀਂ ਇੱਥੇ ਬਿਜ਼ਨਸ ਕਰ ਸਕਦੇ ਬਹਿ ਕੇ ਆਰਾਮ ਨਾਲ। ਬਿਲਕੁਲ ਜੀ, ਅਤੇ ਮੇਰਾ ਮੈਸੇਜ ਦੋਸਤੋ ਇੱਕ ਇੱਥੇ ਹੋਰ ਹੈ, ਕਿਉਂਕਿ ਬਾਈ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ, ਬਹੁਤ ਚੰਗੀਆਂ ਗੱਲਾਂ ਦੱਸੀਆਂ, ਪਰ ਬਾਈ ਦੇ ਕਾਫੀ ਕੋਠੀ ਦੇ ਵਿੱਚ ਬੈਡ ਐਕਸਪੀਰੀਅੰਸ ਵੀ ਹੋਏ ਨੇ। ਕੋਈ ਨਾ ਕੋਈ ਮਿਸਤਰੀ ਜਾਂ ਕੋਈ ਵੀ ਕਿਸੇ ਨਾਲ ਚਲੋ ਰਹਿੰਦਾ ਹੈ, ਪਰ ਉਹ ਬਾਹਰਲੇ ਨੂੰ ਇਹ ਸੋਚ ਕੇ ਚੱਲਦਾ ਵੀ ਬਾਹਰ ਲੈ ਇਹਨੂੰ ਕਿੰਨੇ ਮਰਜ਼ੀ ਮੰਗਲੇ, ਉਹਨੂੰ ਕਿਹੜਾ ਪਤਾ ਲੱਗਦਾ। ਬਿਲਕੁਲ, ਪਰ ਮੇਰੇ ਸਾਰੇ ਮਿਸਤਰੀ ਭਰਾਵਾਂ ਨੂੰ, ਸਾਰੇ ਜਿਹੜੇ ਕਿ ਬਿਲਡਿੰਗ ਲਾਈਨ ਦੇ ਵਿੱਚ ਨੇ, ਬਿਲਡਰ ਨੇ, ਉਹਨਾਂ ਨੂੰ ਮੇਰੀ ਬੇਨਤੀ ਆ, ਜਾਂ ਕਿਸੇ ਦੀ ਵੀ ਫੈਕਟਰੀ ਆ, ਮੇਰੀ ਦਰਵਾਜ਼ਿਆਂ ਦੀ ਫੈਕਟਰੀ ਆ, ਕਿਸੇ ਵੀ ਕੰਮ 'ਤੇ ਤੁਸੀਂ ਕੰਮ ਕਰਦੇ ਹੋ ਤਾਂ ਬਾਹਰ ਨਾਲ ਟਰੱਸਟ ਜ਼ਰੂਰ ਬਣਾ ਕੇ ਰੱਖਿਆ ਕਰੋ, ਤਾਂ ਜੋ ਉਹ ਇੱਥੇ ਹੋਰ ਵੱਧ ਤੋਂ ਵੱਧ ਘਰ ਬਣਾ ਕੇ ਰੱਖਣ।
ਕਿਤੇ ਇਹ ਨਾ ਹੋਵੇ ਵੀ ਕਿਤੇ ਬਾਹਰਲੇ ਸੋਚਣ ਲੱਗ ਜਾਣੇ ਯਾਰ ਵੀ ਸਾਨੂੰ ਖਰਚਾ ਪਾ ਦਿੰਦੇ ਹੋ, ਜਾਂ ਉਹੀ ਚੀਜ਼ 15,000 ਦੀ 50,000 ਦੀ ਲਾ। ਬਿਲਕੁਲ ਜੀ, ਬਈ ਬਹੁਤ ਹੁੰਦਾ ਵੀ ਬੰਦੇ ਟਰੈਸਟ ਟੁੱਟਦਾ ਆ, ਫਿਰ ਬੰਦਾ ਯਕੀਨ ਵੀ ਨਹੀਂ ਕਰਦਾ। ਬਿਲਕੁਲ ਜੀ, ਅਤੇ ਬਾਕੀ ਇਹੀ ਕਹਿੰਦੇ ਹੁੰਦੇ ਆ ਵੀ ਕਿਸੇ ਨਾਲ ਕੋਈ ਕਮਿਟਮੈਂਟ ਕੀਤੀ ਉੱਤੇ ਖਰੇ ਉਤਰੋ ਜੀ। ਤੇ ਠੀਕ ਆ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ ਬਾਈ, ਟਾਈਮ ਕੱਢਿਆ ਆਪਣਾ ਕੀਮਤੀ ਬਹੁਤ। ਬਿਲਕੁਲ ਜੀ, ਸਾਨੂੰ ਤਾਂ ਇੱਕ ਕਹਿੰਦਾ ਰਹਿੰਦਾ ਹੈਗਾ ਸਾਡੇ ਦਰਸ਼ਕਾਂ ਤੱਕ, ਅਸੀਂ ਉਹ ਚੀਜ਼ਾਂ ਦਿਖਾਈਏ, ਕੋਈ ਵੀ ਬਣਾਉਣਾ ਸੋਚਦਾ ਘਰ ਨਵਾਂ ਸੋਚਦਾ ਹਾਂਜੀ ਵੀ ਯਾਰ ਮੈਨੂੰ ਕੀ ਆਈਡੀਆ ਮਿਲ ਸਕਦਾ, ਉਹ ਇੱਥੋਂ ਮਿਲੇ ਤੇ ਉਹ ਆਈਡੀਆ ਚੋਂ ਕਾਫੀ ਆਈਡੀਆ ਤੁਹਾਡੇ ਘਰ ਦੇ ਵਿੱਚੋਂ ਦੇਖਣ ਨੂੰ ਜ਼ਰੂਰ ਮਿਲਣਗੇ, ਤੇ ਆਸ ਕਰਦੇ ਹਾਂ ਵੀ ਦਰਸ਼ਕ ਪਸੰਦ ਜ਼ਰੂਰ ਕਰਨਗੇ। ਧੰਨਵਾਦ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।